ਸਤਿ ਸ੍ਰੀ ਅਕਾਲ ਤੁਸੀਂ ਲੋਕਰਾਣੀ ਚੈਨਲ ਪੰਜਾਬੀ ਦੇਖ ਰਹੇ ਹੋ ਖਬਰਾਂ ਟੌਪੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ ਵੱਡੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਜਪੁਰ ਮੌਜੂਦ ਨੇ ਸਭ ਤੋਂ ਪਹਿਲਾਂ ਗੱਲ ਕਿਸਾਨਾਂ ਦੀ ਹੋਈ ਪਾਰਲੀਮੈਂਟ ਵੱਲ ਪੂਛ ਕੀਤਾ ਜਾਣਾ ਹੈ ਅਗਲੇ ਸਮੇਂ ਦੇ ਵਿੱਚ ਉਹਦੀ ਰਣਨੀਤੀ ਜਿਹੜੀ ਕਿਸਾਨ ਨੇ ਉਹਦੀ ਕੀ ਹੈ ਉਹਦੇ ਵਿੱਚ ਕਿੰਨਾ ਮੁੱਦਿਆਂ ਦੇ ਉੱਤੇ ਜਿਹੜਾ ਉਹ ਚਰਚਾ ਕਰਨੀ ਲਾਜ਼ਮੀ ਬਣਦੀ ਹੈ ਤੇ ਉਸਦੇ ਉੱਤੇ ਗੱਲਬਾਤ ਕਰਾਂਗੇ ਤੇ ਨਾਲ ਨਾਲ ਅਜਿਹੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਬਿਜਲੀ ਸੰਕਟ ਪੈਦਾ ਹੋਇਆ ਸੀ ਕਿਸਾਨਾਂ ਨੇ ਕਿਹਾ ਸੀ ਕਿ ਅਸੀਂ 6 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਦੀ ਕੋਠੀ ਦਾ ਘਿਰਾਓ ਕਰਨਾ ਰਿਹਾਇਸ਼ ਦਾ ਘਿਰਾਓ ਕਰਨਾ ਪਰ ਉਹਨਾਂ ਨੂੰ ਮੁਲਤਵੀ ਕਰਕੇ ਅੱਗੋਂ 8 ਤਰੀਕ ਨੂੰ ਦੇਸ਼ ਭਰ ਦੇ ਵਿੱਚ ਮਹਿੰਗਾਈ ਦੇ ਖਿਲਾਫ਼ ਕਿਸਾਨਾਂ ਨੇ ਪ੍ਰਦਰਸ਼ਨ ਕਰਨਾ ਉਸ ਉੱਤੇ ਵੀ ਗੱਲਬਾਤ ਹੋਈ ਇਸ ਤੋਂ ਇਲਾਵਾ ਮਾਈਨਿੰਗ ਦਾ ਮੁੱਦਾ ਪੰਜਾਬ ਦੀ ਸਿਆਸਤ 'ਚ ਕਾਫ਼ੀ ਭਖਿਆ ਮੰਤਰੀ ਸੁਖ ਸਰਕਾਰੀਆ ਉਹਨਾਂ ਨੇ ਮੀਡੀਆ ਦੇ ਵਿੱਚ ਆ ਕੇ ਬਹੁਤ ਕੁਛ ਅਜਿਹੇ ਖੁਲਾਸੇ ਕੀਤੇ ਨੇ ਜਿਨ੍ਹਾਂ ਦੇ ਉੱਤੇ ਸਵਾਲ ਜਿਹੜੇ ਨੇ ਉਹ ਖੜੇ ਹੁੰਦੇ ਨੇ ਕਿ ਅਕਾਲੀ ਦਲ ਭਾਜਪਾ ਦੇ ਰਾਜ ਦੇ ਵਿੱਚ ਮਾਈਨਿੰਗ ਕਿੱਦਾਂ ਚੱਲਦੀ ਸੀ ਹੁਣ ਕਿੱਦਾਂ ਚੱਲਦੀ ਹੈ ਮਾਫੀਆ ਚੋਰ ਕਿਵੇਂ ਬਣ ਗਿਆ ਇਹ ਗੱਲ ਉਹੀ ਆ ਗਈ ਕਿ ਕੰਨ ਇੱਧਰੋਂ ਪੜ ਲਓ ਜਾਂ ਉੱਧਰੋਂ ਪੜ ਲਓ ਸਵਾਲ ਬਹੁਤ ਤਰ੍ਹਾਂ ਦੇ ਖੜੇ ਹੁੰਦੇ ਇਹਦੇ ਵਿਚਾਲੇ ਇੱਕ ਪੰਜਾਬ ਦੇ ਵਿੱਚ ਬਿਜਲੀ ਸਸਤੀ ਕਰਾਉਣ ਨੂੰ ਲੈ ਕੇ ਨਵਜੋਤ ਸਿੱਧੂ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਹੋਣਾ ਨੇ ਵੀ ਕਿਹਾ ਕਿ 300 ਯੂਨਿਟ ਬਿਜਲੀ ਮੁਫ਼ਤ ਮਿਲਣੀ ਚਾਹੀਦੀ ਹੈ ਸਿੱਧੂ ਸਾਹਿਬ ਨੇ ਕਿਹਾ ਸੀ ਕਿ ਬਿਜਲੀ ਸਸਤੀ ਕਰੋ 3-4 ਰੁਪਏ ਤੱਕ ਹੋ ਸਕਦੀ ਹੈ ਕਿਵੇਂ ਹੋ ਸਕਦੀ ਹੈ ਇਸ ਉੱਤੇ ਵੀ ਸਵਾਲ ਹੁੰਦਾ ਚਰਚਾ ਕਰਾਂਗੇ ਨਾਲੋ ਨਾਲ ਖਬਰਾਂ ਹੋਰ ਹੋਣਗੀਆਂ ਕੌਮੀ ਸਿਆਸਤ ਦੀਆਂ ਵੀ ਹੋਣਗੀਆਂ ਕਿ ਸ਼ਿਵ ਸੈਨਾ ਤੇ ਬੀਜੇਪੀ ਕਿਵੇਂ ਨੇੜੇ ਆ ਰਹੇ ਨੇ ਜਾਂ ਅੰਦਰ ਖਾਤੇ ਚੱਲ ਕੀ ਰਿਹਾ ਦੇਸ਼ ਦੀ ਸਿਆਸਤ ਦੇ ਵਿੱਚ ਤੇ ਇੱਕ ਖਬਰ ਜਿਹੜੀ ਮੋਹਨ ਭਾਗਵਤ RSS ਦੇ ਮੁਖੀ ਨੇ ਉਹ ਕਹਿੰਦੇ ਭਾਰਤ ਦੇ ਵਿੱਚ ਇਸਲਾਮ ਨੂੰ ਕੋਈ ਖਤਰਾ ਨਹੀਂ DNA ਦੇ ਵਿੱਚ ਜਿਹੜਾ ਉਹ ਭਾਰਤ ਇਸ ਉੱਤੇ ਵੀ ਗੱਲਬਾਤ ਕਰੇ ਕਿਸ ਤਰ੍ਹਾਂ ਦਾ ਖਤਰਾ ਪਹਿਲਾਂ ਸੀ ਜਿਹੜਾ ਉਹ ਕਹਿੰਦੇ ਕਿ ਕੋਈ ਖਤਰਾ ਨਹੀਂ ਮਤਲਬ ਖਤਰਾ ਸੀ ਪਰਮਿੰਦਰ ਜੀ ਸਵਾਗਤ ਹੈ ਤੁਹਾਡਾ ਲੋਕਰਾਜ ਚੈਨਲ ਪੰਜਾਬੀ ਸੁਖਵਿੰਦਰ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਧੰਨਵਾਦ ਜੀ ਤੁਹਾਡਾ ਵੀ ਸਤਿ ਸ੍ਰੀ ਅਕਾਲ ਪਰਮਿੰਦਰ ਜੀ ਕਿੱਦਾਂ ਦੇਖਦੇ ਹੋ ਸਭ ਤੋਂ ਪਹਿਲਾਂ ਕਿਸਾਨਾਂ ਨੇ ਪਾਰਲੀਮੈਂਟ ਵੱਲੋਂ ਕੂਚ ਕਰਨਾ ਹੈ 200 ਦਾ ਜਥਾ ਬਣਾਉਣਾ ਹੈ ਪਰ ਇਸ ਜਥੇ ਦੇ ਵਿੱਚ ਸਵਾਲ ਤਾਂ ਇਹ ਉੱਠਦਾ ਹੈ ਕਿ ਸਭ ਤੋਂ ਪਹਿਲਾਂ ਕਿਸਾਨ ਆਗੂ ਜਿਹੜੇ ਜਾਣਗੇ ਕੀ ਉਹਨਾਂ ਨੂੰ ਜੇ ਪੁਲਿਸ ਰੋਕਦੀ ਹੈ ਤਾਂ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਜਾਂ ਉਹਨਾਂ ਦੀਆਂ ਗ੍ਰਿਫਤਾਰੀਆਂ ਹੁੰਦੀਆਂ ਜਾਂ ਅੱਗੇ ਜਾ ਕੇ ਸਰਕਾਰ ਦੇ ਲਾ ਲਓ ਕਿ ਨੱਕ 'ਚ ਕਿੱਦਾਂ ਦਮ ਕਰਨ ਸੁਖਵਿੰਦਰ ਜੀ ਦੋ ਟੁੱਕ ਗੱਲ ਤਾਂ ਇੰਨੀ ਕਿ ਜਿਹੜਾ ਆਪਾਂ ਪਹਿਲਾਂ ਇਸ ਬਾਰੇ ਪ੍ਰੋਗਰਾਮ ਕੀਤਾ ਆ ਉਹਦੇ ਵਿੱਚ ਇਹੀ ਸੀਗਾ ਕਿ ਜੇ ਭੀੜ ਦਾ ਜਿਹੜਾ ਸਿਸਟਮ ਹੋਏਗਾ ਉਹ ਖਰਾਬ ਕਰੇਗਾ ਜਿਵੇਂ ਪਹਿਲਾਂ ਆਪਾਂ ਕਿਹਾ ਸੀ 26 ਜਨਵਰੀ ਨੂੰ ਵੀ ਨੁਕਸਾਨ ਹੀ ਹੋਇਆ ਸੀਗਾ ਇੱਕ ਤਰ੍ਹਾਂ ਦਾ ਤੇ ਉਹਦੇ ਤੇ ਜਿਹੜਾ ਫੈਸਲਾ ਹੁਣ ਨਵਾਂ ਲਿਆ ਕਿ 200 ਬੰਦਿਆਂ ਦਾ ਜਿਹੜਾ ਇੱਕ ਗਰੁੱਪ ਬਣਿਆ ਕਰੇਗਾ ਉਹ ਹਰ ਰੋਜ਼ ਉੱਥੇ ਧਰਨਾ ਦਿਆ ਕਰੇਗਾ ਜਦੋਂ ਤੱਕ ਸੰਸਦ ਚੱਲਦੀ ਆ ਇਜਲਾਸ ਚੱਲਦਾ ਜਦੋਂ ਉਹ ਬੜਾ ਵੱਡਾ ਕਹਿ ਲਓ ਕਿ ਇੱਕ ਅਹਿਮ ਕਦਮ ਹੋਊਗਾ ਗੱਲ ਤਾਂ ਸਿਰਫ ਇੰਨੀ ਕਹਿ ਕੇ ਦਬਾਅ ਪਾਉਣਾ ਸਰਕਾਰ ਦੇ ਉੱਤੇ ਦਬਾਅ ਪਾਉਣਾ ਕਿਉਂਕਿ ਸਰਕਾਰ ਜਦੋਂ ਤੱਕ ਗੱਲ ਨਹੀਂ ਮੰਨਦੀ ਜਦੋਂ ਤੱਕ ਉਹਦੇ ਉੱਤੇ ਦਬਾਅ ਨਹੀਂ ਪੈਂਦਾ ਉਹਨਾਂ ਨੇ ਮੰਨਣਾ ਵੀ ਨਹੀਂ ਹੈਗਾ ਵਾਰ ਵਾਰ ਤੋਮਰ ਦਾ ਬਿਆਨ ਜਿਹੜਾ ਆਈ ਜਾਂਦਾ ਉਹ ਆਪਾਂ ਸੁਣਿਆ ਹੀ ਹੈ ਕਿ ਉਹ ਕਹੀ ਜਾਂਦੇ ਵਾਰ ਵਾਰ ਕਹਿੰਦੇ ਕਿ ਜੋ ਕਰਨਾ ਕਰ ਲਓ ਕਾਨੂੰਨ ਰੱਦ ਨਹੀਂ ਹੋਣੇ ਸੋ ਜਿਹੜਾ ਲਗਾਤਾਰ ਇਹ ਜਦੋਂ ਤੱਕ ਸੰਸਦ ਦਾ ਇਜਲਾਸ ਚੱਲਣਾ ਹੈ 19 ਜੁਲਾਈ ਤੋਂ ਲੈ ਕੇ ਜਿਹੜਾ ਹੈਗਾ ਉੱਥੇ ਧਰਨਾ ਦਿਆ ਜਾਣਾ ਉਹਨਾਂ ਨੇ 200 ਮੈਂਬਰਾਂ ਦਾ ਧਰਨਾ ਹੋਇਆ ਕਰੂਗਾ 40 ਤੋਂ ਵੱਧ ਜਿਹੜੀਆਂ ਜਥੇਬੰਦੀਆਂ ਯੂਨੀਅਨਾਂ ਉੱਥੇ ਬੈਠੀਆਂ ਨੇ ਉਹਨਾਂ ਦਾ ਫੈਸਲਾ ਹੀ ਆਇਆ ਕਿ ਆਪਣੇ ਵੱਖ ਵੱਖ ਜਥੇਬੰਦੀਆਂ ਤੋਂ ਔਰ ਖਾਸ ਗੱਲ ਇਹ ਰਹੇਗੀ ਕਿ 200 ਬੰਦਿਆਂ ਨੂੰ ਪਛਾਣ ਕਰਕੇ ਉੱਥੇ ਲੈ ਕੇ ਜਾਣਾ ਉਹ ਸੌਖਾ ਰਹੇਗਾ ਡਿਊਟੀ ਬਕਾਇਦਾ ਤੌਰ ਤੇ ਲੱਗੇਗੀ ਔਰ ਪਤਾ ਹੋਏਗਾ ਕਿ ਇਹ ਬੰਦਾ ਗਿਆ ਨਾਲ ਇਸ ਦਿਨ ਆਹ ਬੰਦਾ ਗਿਆ ਤੇ ਉੱਥੇ ਬੈਠਾ ਆ ਕਿੰਨਾ ਟਾਈਮ ਬੈਠਾ ਕਿਹੜੇ ਰਸਤੇ ਗਿਆ ਕਿੱਦਾਂ ਇਹਦੇ ਨਾਲ ਜਿਹੜੀ ਸੰਭਾਵਨਾ ਹੈਗੀ ਹੈ ਉਹ ਹੁੱਲੜਬਾਜ਼ੀ ਵਾਲੀ ਜਾਂ ਕਾਨੂੰਨ ਆਪਣੇ ਹੱਥਾਂ 'ਚ ਲੈਣ ਵਾਲੀ ਜਾਂ ਗਲਤ ਰਸਤੇ ਅਖਤਿਆਰ ਕਰਨ ਵਾਲੀ ਜਾਂ ਅੰਦੋਲਨ ਨੂੰ ਢਾਹ ਲਾਉਣ ਵਾਲੀ ਉਹਦੀਆਂ ਸਥਿਤੀਆਂ ਜਿਹੜੀਆਂ ਹਾਲਾਤ ਜਿਹੜੇ ਪੈਦਾ ਕਰ ਲਏ ਜਾਂਦੇ ਨੇ ਜਾਂ ਕੁਛ ਭੈਟ ਕਰਕੇ ਕੋਈ ਇੱਦਾਂ ਦੀ ਗੱਲ ਕਰਵਾ ਲਈ ਜਾਂਦੀ ਹੈ ਜਾਂ ਇੱਦਾਂ ਦੇ ਘਟਨਾਕ੍ਰਮ ਨੂੰ ਅੰਜਾਮ ਦਿਆ ਜਾਂਦਾ ਉਹ ਤੋਂ ਜਿਹੜਾ ਹੈਗਾ ਵਿਚਾਰ ਰਹੇਗਾ ਜ਼ਰੂਰ ਤੇ ਜਿੱਦਾਂ ਹੁਣ ਦੇਸ਼ ਭਰ ਦੇ ਵਿੱਚ ਇਹਨਾਂ ਨੇ ਅਨਾਊਂਸ ਕੀਤਾ ਹੀ ਹੈ ਕਿ 8 ਜੁਲਾਈ ਨੂੰ ਉਹ ਰੋਸ ਪ੍ਰਦਰਸ਼ਨ ਕਰਨਾ ਪੈਟਰੋਲ ਡੀਜ਼ਲ ਦੀਆਂ ਤੇ ਗੈਸ ਦੀਆਂ ਕੀਮਤਾਂ ਦੇ ਵਿਰੁੱਧ ਦੇਸ਼ ਭਰ ਦੇ ਵਿੱਚ ਉਹ ਤਾਂ ਹੈ ਹੀ ਹੈ ਨਾਲ ਇੱਕ ਮਾਰਚ ਵੀ ਜਿਹੜਾ 22 ਜੁਲਾਈ ਤੋਂ ਕਰਨ ਦੀ ਤਿਆਰੀ ਹੈਗੀ ਇਹਨਾਂ ਦੀ ਉਹ ਵੀ ਨਾਲ ਨਾਲ ਚੱਲੇਗਾ ਤੇ ਉਹ ਇਹ ਜਿਹੜਾ ਯੂਨੀਅਨਾਂ ਦੇ ਆਗੂ ਨੇ ਉਹਨਾਂ ਨੇ ਇਹ ਗੱਲ ਖਾਸ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਕੀਤੇ ਕਿ ਇਜਲਾਸ ਤੋਂ ਪਹਿਲਾਂ ਜਿਹੜੇ ਇੱਕ ਪੱਤਰ ਦਿੱਤੇ ਜਾਣਗੇ ਵਿਰੋਧ ਪੱਤਰ ਹੋਣਗੇ ਜਿਹੜੇ
ਵਿਰੋਧੀ ਧਿਰਾਂ ਦੇ ਐਮਪੀ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਇਜਲਾਸ 'ਚ ਸ਼ਾਮਿਲ ਹੋਣਾ ਹੈ, ਉਹਨਾਂ ਸਾਰਿਆਂ ਨੂੰ ਕਿਹਾ ਜਾਊਗਾ ਕਿ ਜਿਹੜਾ ਇਜਲਾਸ ਹੈ ਉਹਦੇ ਵਿੱਚ ਜਾ ਕੇ ਤੁਸੀਂ ਤਿੰਨ ਖੇਤੀ ਕਾਨੂੰਨ ਆ ਜਿਹੜੇ ਕਾਲੇ ਕਾਨੂੰਨ ਆ ਉਹਨਾਂ ਦਾ ਮੁੱਦਾ ਉਠਾਓ ਨਾ। ਉਹ ਇਹ ਤਾਂ ਬੜਾ ਵੱਡਾ ਆਪਾਂ ਕਹਿ ਸਕਦੇ ਕਿ ਬਹੁਤ ਵੱਡਾ ਕਦਮ ਹੈ ਇਹ। ਕੋਈ ਕੱਲ ਨੂੰ ਕੋਈ ਪਾਰਟੀ ਇਹ ਨਹੀਂ ਕਹਿ ਸਕਦੀ ਕਿ ਸਾਡੇ ਤੱਕ ਆਏ ਨਹੀਂ ਅਸੀਂ ਗੱਲ ਕਰਦੇ, ਜਾਂ ਜਿਵੇਂ ਕਹਿੰਦੇ ਨੇ ਕਿ ਅਸੀਂ ਬਾਕੀ ਪਾਰਟੀਆਂ ਇਹ ਵੀ ਸੋਚਦੀਆਂ ਨੇ, ਕਈ ਵਾਰ ਮੰਤਰੀ ਇਹ ਵੀ ਬੈਠੇ ਸੋਚਦੇ ਨੇ ਕਿ ਸਾਡੇ ਤੱਕ ਕਿਹੜਾ ਆਏ ਨੇ। ਕਈ ਵਾਰ ਉਹਨਾਂ ਨੂੰ ਇਹ ਹੁੰਦਾ ਕਿ ਜੇ ਸਾਡੇ ਕੋਲ ਆਊਗਾ ਸਾਨੂੰ ਕੋਈ ਵੋਟਾਂ ਦਾ ਲਾਲਚ ਹੋਊਗਾ ਤਾਂ ਅਸੀਂ ਗੱਲ ਵੀ ਕਰ ਸਕਦੇ ਹਾਂ। ਉਹ ਸਾਰੇ ਮਸਲੇ ਜਿਹੜੇ ਹੈਗੇ ਨੇ, ਕਿਸੇ ਦੀ ਸ਼ੰਕਾ, ਕਿਸੇ ਦਾ ਕੋਈ ਖਦਸ਼ਾ, ਕਿਸੇ ਦਾ ਕੋਈ ਲਾਲਚ ਜਿਹੜਾ ਹੈਗਾ, ਉਹ ਸਾਰੇ ਇਸ ਪੱਤਰ ਦੇ ਵਿੱਚ ਸਮੇਟੇ ਜਾਣਗੇ। ਤੇ ਇਹ ਪੱਤਰ ਇੱਦਾਂ ਦੇਖ ਕੇ ਉਹਨਾਂ ਨੂੰ ਕਿਹਾ ਜਾਊਗਾ ਕਿ ਵੀ ਇਜਲਾਸ ਜਿਹੜਾ ਹੈਗਾ ਇੱਦਾਂ ਹੀ ਨਾ ਵੀ ਸ਼ਾਂਤੀਪੂਰਵਕ ਹੋ ਗਿਆ ਤੇ ਕੋਈ ਗੱਲ ਨਹੀਂ ਹੋਈ, ਚੱਲਦਾ ਰਿਹਾ ਜਾਂ ਚੱਲ ਰਿਹਾ ਜਾਂ ਖਤਮ ਵੀ ਹੋ ਗਿਆ, ਜਿਹੜੀਆਂ ਗੱਲਾਂ ਕਰਨੀਆਂ ਸੀ ਸਰਕਾਰ ਨੇ ਕਰਨੀਆਂ। ਪਰ ਸਰਕਾਰ ਦੇ ਕੰਨਾਂ ਦੇ ਵਿੱਚ ਗੱਲ ਤਾਂ ਪਾਓ ਨਾ ਜਾ ਕੇ। ਜੇ ਬਾਹਰ ਆ ਕੇ ਤੁਸੀਂ ਕਿਸਾਨਾਂ ਦਾ ਸਮਰਥਨ ਕਰਦੇ ਹੋ, ਬਾਹਰ ਕਿਸਾਨਾਂ ਦੀਆਂ ਸਟੇਜਾਂ ਤੇ ਬੋਲਣ ਲਈ ਗੱਲ ਕਰਦੇ ਹੋ, ਬਿਆਨਬਾਜ਼ੀ ਕਰ ਦਿੰਦੇ ਹੋ ਅਖਬਾਰਾਂ 'ਚ ਜਾਂ ਖਬਰਾਂ ਦੇ ਉੱਤੇ ਜਾਂ ਟੀਵੀ ਚੈਨਲਾਂ ਸੋਸ਼ਲ ਮੀਡੀਆ ਦੇ ਉੱਤੇ, ਤਾਂ ਗੱਲ ਤਾਂ ਉੱਥੇ ਹੀ ਆ ਜਿੱਥੇ ਪਾਸ ਹੋਏ ਸੀ। ਆਪਾਂ ਪਹਿਲਾਂ ਵੀ ਇਹੀ ਗੱਲ ਕਹੀਏ ਕਿ ਪਾਸ ਜਿੱਥੋਂ ਹੋਏ ਨੇ, ਲਾਗੂ ਜਿੱਥੋਂ ਹੋਏ ਨੇ, ਉੱਥੇ ਗੱਲ ਤਾਂ ਉੱਥੇ ਹੈ। ਉੱਥੇ ਬਾਹਾਂ ਖੜੀਆਂ ਕਰੋ ਵਿਰੋਧ ਦੇ ਵਿੱਚ, ਉੱਥੇ ਰੌਲਾ ਪਾਓ, ਉੱਥੇ ਸਦਨ ਠੱਪ ਕਰੋ, ਸਦਨ ਦੀ ਕਾਰਵਾਈ ਜਿਹੜੀ ਹੈਗੀ ਵੀ ਅਸੀਂ ਜਦ ਉਦੋਂ ਤੱਕ ਕਾਰਵਾਈ ਕੋਈ ਮਤਾ ਨਹੀਂ ਪਾਸ ਹੋਣ ਦੇਵਾਂਗੇ ਜਦੋਂ ਤੱਕ ਤੁਸੀਂ ਆਹ ਗੱਲ ਨਹੀਂ ਕਰਦੇ। ਫਿਰ ਦੇਖਦੇ ਫਿਰ ਭਾਜਪਾ ਆਗੂ ਵੀ ਜਿਹੜੇ ਬਾਹਰ ਆ ਕੇ ਕਹਿੰਦੇ ਨੇ ਕਿ ਅਸੀਂ ਭਾਜਪਾ ਦਾ ਇਹਨਾਂ ਗੱਲਾਂ ਤੋਂ ਵਿਰੋਧ ਕਰਦੇ ਹਾਂ ਜਾਂ ਅਸੀਂ ਇਸ ਪੱਖ 'ਚ ਆ ਕੇ ਕਾਨੂੰਨ ਜਿਹੜੇ ਰੱਦ ਹੋ ਜਾਣ, ਤੇ ਉੱਥੇ ਕਿੰਨਾ ਕੁ ਬੋਲਦੇ ਆ। ਸੋ ਇੱਕ ਆਪਾਂ ਕਹਿ ਸਕਦੇ ਹਾਂ ਕਿ ਸਹੀ ਤਰੀਕਾ ਅਪਣਾਇਆ, ਯੋਜਨਾਬੰਦ ਤਰੀਕੇ ਨਾਲ, ਯੋਜਨਾਬੱਧ ਤਰੀਕੇ ਨਾਲ ਜਿਹੜਾ ਹੈਗਾ ਕਿਸਾਨ ਤੁਰ ਰਹੇ ਨੇ। ਤੇ ਇਹ ਇੱਕ ਦਬਾਅ ਪਾਉਣ ਦੀ ਗੱਲ ਹੋਈ ਹੈ। ਜੇ ਖੇਤੀ ਕਾਨੂੰਨਾਂ ਦੀ ਗੱਲ ਕਰੀਏ, ਤੁਸੀਂ ਅੱਜ ਦਾ ਅਖਬਾਰ ਵੀ ਪੜ੍ਹਿਆ ਹੋਊਗਾ ਸ਼ਾਇਦ, ਕਿ ਜਿੱਦਾਂ ਦਾਲਾਂ ਵਗੈਰਾ ਦਾ ਰੇਟ ਵੱਧ ਗਿਆ ਕੁਛ, ਮੈਂ ਪੜ੍ਹ ਰਿਹਾ ਸੀ ਹੁਣ, ਉਹਦੇ ਵਿੱਚ ਜਿਹੜੇ ਇਹ ਕਾਨੂੰਨ, ਇੱਕ ਕਾਨੂੰਨ ਬਣਾਇਆ ਗਿਆ ਜਿਹੜਾ ਜ਼ਰੂਰੀ ਵਸਤਾਂ ਸੰਬੰਧੀ ਕਾਨੂੰਨ ਹੈ, ਉਹਦੇ ਵਿੱਚ ਜਮ੍ਹਾਂਖੋਰੀ ਦਾ ਜਿਹੜਾ ਇੱਕ ਆਪਾਂ ਕਹਿ ਸਕਦੇ ਇੱਕ ਮੱਦ ਹੈਗੀ ਹੈ, ਉਹਦੇ ਤਹਿਤ ਅੱਜ ਸਰਕਾਰ ਨੇ ਇੱਕ ਫੈਸਲਾ ਲਿਆ ਕਿ ਇੰਨੇ ਕੁ ਟਨ ਜਿਹੜਾ ਥੋਕ ਦਾ ਵਪਾਰੀ ਹੈ ਤੇ ਪ੍ਰਚੂਨ ਦਾ ਵਪਾਰੀ ਇੰਨੇ ਕੁ ਟਨ ਤੱਕ ਇਹ ਦਾਲਾਂ ਦੀ ਜਿਹੜੀ ਉਹ ਜਮ੍ਹਾਂ ਕਰ ਸਕਦਾ, ਸਟੋਰ ਕਰ ਸਕਦਾ। ਪਰ ਕਹਿੰਦੇ ਜੇ, ਕਿਉਂਕਿ ਸੁਪਰੀਮ ਕੋਰਟ ਨੇ ਹਾਲ ਤੱਕ ਲਾਇਆ ਹੋਇਆ ਰੋਕ ਇਹਦੇ ਤੇ, ਕਾਨੂੰਨਾਂ ਤੇ ਲਾਗੂ ਕਰਨ ਤੇ, ਜੇ ਕਿਤੇ ਉਹ ਰੋਕ ਨਾ ਹੁੰਦੀ ਤਾਂ ਆਹ ਚੀਜ਼ ਨਹੀਂ ਹੋਣੀ ਸੀ, ਇੱਦਾਂ ਰੋਕ ਨਹੀਂ ਲੱਗ ਜਾਣੀ ਸੀ। ਤੇ ਪ੍ਰਤੱਖ ਰਿਜ਼ਲਟ ਜਿਹੜਾ ਸਾਹਮਣੇ ਆ ਰਿਹਾ ਨਾ, ਤੇ ਜਿਹੜੇ ਭਾਜਪਾ ਵਾਲੇ ਕਹਿੰਦੇ ਨੇ ਜਾਂ ਹੋਰ ਪਾਰਟੀਆਂ ਦੇ ਬੰਦੇ ਕਹਿੰਦੇ ਨੇ ਕਿ ਪੱਖ 'ਚ ਨੇ, ਉਹ ਇਸ ਮੁੱਦੇ ਤੇ ਬੋਲਣ ਆ ਕੇ। ਇਹਦੇ ਵਿੱਚ ਇੱਕ ਮੱਦ ਸੀ ਕਿ ਜਿਹੜਾ ਆਪਾਂ ਕਾਨੂੰਨ ਦੀ ਗੱਲ ਕਰਦੇ ਹਾਂ ਤਿੰਨ ਖੇਤੀ ਕਾਨੂੰਨਾਂ ਤੋਂ ਬਿਨਾਂ, ਵੀ ਜੇ 50% ਤੋਂ ਵੱਧ ਹੋ ਜਾਂਦੇ ਤਾਂ ਸਰਕਾਰ ਸਟਾਕ ਨਿਯਤ ਕਰ ਸਕਦੀ ਹੈ, ਤਾਂ ਉਹਦੇ ਖੇਤੀ ਕਾਨੂੰਨਾਂ ਦੇ ਵਿੱਚ ਉਹ ਖਤਮ ਹੋ ਜਾਂਦੀ ਹੈ ਚੀਜ਼, ਉਹ ਜਿੰਨਾ ਮਰਜ਼ੀ ਸਟਾਕ ਕਰ ਲਓ, ਰੇਟ ਤਾਂ ਵਧਣੇ ਹੀ ਵਧਣੇ ਨੇ ਅੱਗੇ ਜਾ ਕੇ। ਉਹ ਚੀਜ਼ ਨੂੰ ਕਿਵੇਂ ਦੱਸਣਗੇ, ਇਹ ਪ੍ਰਤੱਖ ਆ ਗਈ ਹੁਣ ਇਹ ਗੱਲ ਦਾਲਾਂ ਦੇ ਰੇਟ ਦੇ ਨਾਲ ਹੀ। ਇਹਨਾਂ ਚੀਜ਼ਾਂ ਨੂੰ ਕਲੀਅਰ ਕਰਨਾ, ਜਿਹੜਾ ਕਹਿੰਦੇ ਨੇ ਕਿ ਹਾਂ ਪੱਖ 'ਚ ਨੇ, ਚਾਹੇ ਉਹ ਵੱਡੇ ਵੱਡੇ ਆਰਥਿਕ ਮਾਹਰ ਨੇ ਜਿਹੜੇ ਚੈਨਲਾਂ ਦੇ ਉੱਤੇ ਦੇ ਰਹੇ ਨੇ ਇੰਟਰਵਿਊ, ਉਹ ਇਹ ਪ੍ਰਤੱਖ ਚੀਜ਼ ਨੂੰ ਕਲੀਅਰ ਕਰਨ ਕਿ ਅੱਜ ਸਰਕਾਰ ਨੂੰ ਰੋਕ ਕਿਉਂ ਲਾਉਣੀ ਪੈ ਗਈ। ਜੇ ਕਾਨੂੰਨ ਹੁੰਦੇ ਕੀ ਇਹ ਰੋਕ ਲੱਗ ਸਕਦੀ ਸੀ? ਜੇ ਲੱਗ ਸਕਦੀ ਸੀ ਕਹਿ ਦਿਓ ਕਾਨੂੰਨ ਠੀਕ ਨੇ, ਆਪ ਹੀ ਕਹਿੰਦੇ, ਸਰਕਾਰ ਕਹਿ ਰਹੀ ਹੈ, ਹੁਣ ਬੰਦੇ ਵਿਚਲੇ ਕਹਿ ਰਹੇ ਨੇ ਕਿ ਰੋਕ ਲੱਗ ਨਹੀਂ ਸੀ ਸਕਦੀ, ਮਾਹਰ ਵੀ ਕਹਿ ਰਹੇ ਨੇ ਕਿ ਲੱਗ ਨਹੀਂ ਸੀ ਸਕਦੀ ਜੇ ਖੇਤੀ ਕਾਨੂੰਨ ਲਾਗੂ ਹੋ ਜਾਂਦੇ, ਤਾਂ ਫਿਰ ਕਿਉਂ ਨਹੀਂ ਕਹੋ? ਤੁਸੀਂ ਕਿਵੇਂ ਕਹਿ ਸਕਦੇ ਹੋ ਕਿਸਾਨਾਂ ਦੇ ਜਾਂ ਆਮ ਲੋਕਾਂ ਦੇ ਪੱਖ 'ਚ ਨੇ ਕਾਨੂੰਨ? ਸੋ ਆਹ ਚੀਜ਼ਾਂ ਜਿਹੜੀਆਂ ਦਬਾਅ ਬਣਾਏ ਬਿਨਾਂ ਜਿੱਦਾਂ ਸਮਾਂ ਲੰਘ ਰਿਹਾ, ਇਹ ਜ਼ਰੂਰੀ ਨਹੀਂ ਕਿ ਕਿਸਾਨ ਅੰਦੋਲਨ ਦਾ ਸਮਾਂ ਲੰਘਾ ਰਹੀ ਹੈ ਸਰਕਾਰ, ਕਿਉਂਕਿ ਸਰਕਾਰ ਨੂੰ ਤਾਂ ਮੌਕਾ ਚਾਹੀਦਾ ਕਿਵੇਂ ਨਾ ਕਿਵੇਂ ਕੁਛ ਭੈੜ ਕਰਕੇ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨਾ, ਪਰ ਨਾਲ ਨਾਲ ਜਿਹੜਾ ਖੇਤੀ ਕਾਨੂੰਨਾਂ ਦਾ ਜਿਵੇਂ ਜਿਵੇਂ ਮਹਿੰਗਾਈ ਵੱਧ ਰਹੀ ਹੈ ਜਾਂ ਸਿਸਟਮ ਇੱਦਾਂ ਦਾ ਬਣਦਾ ਜਾ ਰਿਹਾ, ਕਹਿ ਲਓ ਕੁਦਰਤ ਵੀ ਪੱਖ 'ਚ ਖੜੀ ਹੈ ਕਿਸਾਨਾਂ ਦੇ ਜਾਂ ਆਮ ਲੋਕਾਂ ਦੇ, ਤਾਂ ਇੱਦਾਂ ਦੀਆਂ ਗੱਲਾਂ ਵੀ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਵੀ ਜੇ ਕਾਨੂੰਨ ਇੱਥੇ ਲਾਗੂ ਹੋਏ ਹੁੰਦੇ ਤਾਂ ਅੱਜ ਆਹ ਹਾਲਾਤ ਹੋ ਜਾਣੀ ਸੀ, ਇੱਦਾਂ ਦੇ ਹਾਲਾਤ ਪੈਦਾ ਹੋ ਜਾਣੇ ਸੀ। ਅੱਜ ਸ਼ੁਕਰ ਕਰੋ ਹਾਲੇ ਕਾਨੂੰਨ ਲਾਗੂ ਨਹੀਂ ਇਹਨਾਂ ਨੂੰ ਰੋਕਿਆ ਹੋਇਆ ਸੁਪਰੀਮ ਕੋਰਟ ਨੇ, ਤੇ ਉਹ ਬਚਾਅ ਹੋ ਗਿਆ। ਉਹ ਆਪਣੇ ਆਪ ਸਰਕਾਰ ਵੀ ਕਸੂਤੀ ਫਸਦੀ ਜਾ ਰਹੀ ਹੈ, ਤੇ ਇਹ ਜਿਹੜਾ ਇਕੱਠ ਦਾ ਦਬਾਅ ਹੈ ਉਹ ਵੀ ਲਗਾਤਾਰ ਨਾਲ ਨਾਲ ਚੱਲਣਾ ਚਾਹੀਦਾ। ਇਹਦੇ ਜਿਹੜਾ ਪਾਰਲੀਮੈਂਟ ਵਾਲੇ ਪਾਸੇ, ਸੰਸਦ ਵਾਲੇ ਪਾਸੇ ਇੱਦਾਂ ਦਾ ਮਾਰਚ ਹੈ ਜਾਂ 200 ਬੰਦਿਆਂ ਦਾ ਇਕੱਠ ਹੈ ਜਿਹੜਾ ਪ੍ਰਦਰਸ਼ਨ ਕਰੇਗਾ, ਉਹ ਇਹ ਬਹੁਤ ਵਧੀਆ ਕਦਮ ਕਹਿ ਸਕਦੇ ਆਪਾਂ। ਸਾਵਧਾਨੀ ਹੈ ਜਹਾਂ, ਜਿਹੜੀ ਗੱਲ ਤੁਸੀਂ ਕੀਤੀ ਸੀ ਕਿ ਪੁਲਿਸ ਦੀ ਕਿਵੇਂ ਰੋਕਿਆ ਜਾਊਗਾ ਜਾਂ ਨਹੀਂ, ਉਹ ਦੇਖੋ ਕਾਨੂੰਨ ਦਾ ਇੱਕ ਪੱਖ ਤਾਂ ਹੁੰਦਾ ਹੀ ਹੈ ਉੱਥੇ, ਉਹ ਜਿਵੇਂ ਲਾਲ ਕਿਲਾ ਹੈ, ਸੰਸਦ ਹੈ, ਇੱਦਾਂ ਇਹ ਰਾਸ਼ਟਰੀ ਧਰੋਹਰ ਕਹਿ ਲਓ ਉਹਨਾਂ ਨੂੰ ਮੰਨਿਆ ਜਾਂਦਾ, ਇੱਦਾਂ ਇਹ ਇਹਨਾਂ ਦੇ ਵਾਲੇ ਪਾਸੇ ਜੇ ਕੋਈ ਜਾਂਦਾ ਇੱਦਾਂ ਦਾ, ਖਾਸ ਕਰ ਇੱਦਾਂ ਦੀ ਮਨਸ਼ਾ ਜਿੱਥੇ ਸਰਕਾਰ ਨਾਲ ਸਹਿਮਤੀ ਪ੍ਰਗਟ ਹੁੰਦੀ ਹੋਵੇ, ਉਸ ਮਨਸ਼ਾ ਨਾਲ ਜਾਂਦਾ ਤਾਂ ਇੱਕ ਸੁਰੱਖਿਆ ਦੇ ਮੱਦੇਨਜ਼ਰ ਤਾਂ ਸਾਰਾ ਕੁਛ ਤਾਂ ਹੋਏਗਾ ਹੀ ਹੋਏਗਾ।
ਇਹਦੇ ਲਈ ਤਿਆਰ ਵੀ ਨੇ ਕਿਸਾਨ ਜਥੇਬੰਦੀਆਂ, ਫੜੋ ਫੜੀ ਵੀ ਹੋਏਗੀ, ਗ੍ਰਿਫਤਾਰੀਆਂ ਵੀ ਹੋ ਸਕਦੀਆਂ, ਪਰਚੇ ਵੀ ਹੋਣਗੇ, ਰੋਕਿਆ ਵੀ ਜਾਊਗਾ, ਲਾਠੀਚਾਰਜ ਵੀ ਹੋ ਸਕਦਾ। ਤਾਂ ਇਹ ਸਾਰੀਆਂ ਸੰਭਾਵਨਾਵਾਂ ਨੂੰ ਨਾਲ ਲੈ ਕੇ ਚੱਲਿਆ ਜਾਂਦਾ, ਤੋਰਿਆ ਜਾਂਦਾ, ਬੰਦਿਆਂ ਦੀ ਉੱਦਾਂ ਦੀ ਇੱਕ ਟੀਮ ਬਣਾਈ ਜਾਂਦੀ ਹੈ ਜਿਹੜੇ ਬੰਦੇ ਅੱਗੇ ਜਾਣਗੇ, ਤੇ ਜੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਪਿੱਛੇ ਬੈਕਅਪ ਤੇ ਜਿਹੜਾ ਬੰਦਾ ਹੁੰਦਾ ਪਿੱਛੇ, ਉਹ ਕਿਵੇਂ ਉਹਨੂੰ ਅੰਦੋਲਨ ਨੂੰ ਕਿਵੇਂ ਚਲਾਣਗੇ, ਉਹ ਟੀਮ ਅਲੱਗ ਹੁੰਦੀ ਹੈ। ਸੋ ਇਹ ਸਾਰਾ ਕੁਛ ਐਂ ਕਹਿ ਲਓ ਕੋਈ ਯੋਜਨਾਬੱਧ ਤਰੀਕੇ ਨਾਲ ਹੈ। ਬਾਕੀ ਜੋ ਹੋਣਾ ਹੈ ਇਹ ਹੁਣ ਸਮਾਂ ਜਿਹੜਾ 19 ਤੋਂ ਲੈ ਕੇ 8 ਅਗਸਤ ਤੱਕ ਦਾ ਹੈਗਾ, ਇਹ ਕਹਿ ਸਕਦਾ ਕਿ ਸਰਕਾਰ ਦੇ ਉੱਤੇ ਬਹੁਤ ਵੱਡਾ ਦਬਾਅ ਬਣਾਏਗਾ। ਬਿਲਕੁਲ ਬਿਲਕੁਲ, ਇੱਕ ਤਰੀਕੇ ਦੇ ਨਾਲ ਦਬਾਅ ਦੇ ਨਾਲ ਇਹ ਵੀ ਹੈ ਕਿ ਨੈਸ਼ਨਲ ਤੇ ਇੰਟਰਨੈਸ਼ਨਲ ਮੀਡੀਆ ਦੇ ਵਿੱਚ, ਦੁਨੀਆਂ ਭਰ ਦੇ ਵਿੱਚ ਫਿਰ ਤੋਂ ਕਿਸਾਨੀ ਅੰਦੋਲਨ ਦੀ ਚਰਚਾ ਹੋਏਗੀ, ਕਿਉਂਕਿ ਚਰਚਾ ਛਿੜੇਗੀ ਇਸ ਮੁੱਦੇ ਉੱਤੇ। ਪਾਰਲੀਮੈਂਟ ਨੂੰ ਘਿਰਾਓ ਜਾਣਾ ਹੈ, ਕਿਸਾਨਾਂ ਨੇ ਕੂਚ ਕਰਨਾ ਹੈ, ਪਾਰਲੀਮੈਂਟ ਨੂੰ ਮਾਰਚ ਕਰਨਾ ਹੈ, ਸ਼ਾਂਤਮਈ ਤਰੀਕੇ ਨਾਲ ਜਾਣਗੇ। ਜਿਵੇਂ ਪਿਛਲੇ ਦਿਨੀ ਅਨਿਲ ਬਿਜੋਣੀ ਕਹਿੰਦੇ ਸੀ ਕਿ ਮਹਾਤਮਾ ਗਾਂਧੀ ਦੇ ਦੇਸ਼ ਦੇ ਵਿੱਚ ਹਿੰਸਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਤਾਂ ਮਤਲਬ ਇਸ ਤੋਂ ਇੱਕ ਸੁਨੇਹਾ ਜਾਏਗਾ ਕਿ ਇੱਕ ਤਾਂ ਜਿਹੜੇ ਸੰਸਦ ਮੈਂਬਰ ਨੇ ਉਹ ਵੀ ਬੇਨਕਾਬ ਹੋਣਗੇ ਕਿ ਕਿਸਾਨਾਂ ਦੇ ਮਸਲੇ ਦੇ ਵਿੱਚ ਉਹ ਕੀ ਆਪਣੀ ਰਾਏ ਰੱਖਦੇ ਨੇ, ਉੱਥੇ ਕੀ ਵਿਧਾਨ ਲੋਕ ਸਭਾ ਦੇ ਵਿੱਚ ਜਾਂ ਰਾਜ ਸਭਾ ਦੇ ਵਿੱਚ ਕੀ ਕੁਛ ਬੋਲਦੇ ਨੇ, ਕਿਸਾਨਾਂ ਦੇ ਪ੍ਰਤੀ ਜਵਾਬਦੇਹ, ਦੇਸ਼ ਦੇ ਪ੍ਰਤੀ ਜਵਾਬਦੇਹ ਹੋਣਗੇ। ਲੋਕ ਵੀ ਪੁੱਛਣਗੇ ਕਿ ਤੁਸੀਂ ਮਹਿੰਗਾਈ ਵਾਲੇ ਮਸਲੇ ਤੇ, ਤੁਸੀਂ ਆ ਜਮਾਖੋਰੀ ਵਾਲੇ ਮਸਲੇ ਤੇ, ਤੁਸੀਂ ਖੇਤੀ ਕਾਨੂੰਨਾਂ ਦੇ ਮਸਲੇ ਤੇ, ਤੁਸੀਂ ਲੋਕਾਂ ਦੇ ਮੁੱਦਿਆਂ ਦੇ ਉੱਤੇ ਕੀ ਗੱਲ ਕਰ ਰਹੇ ਹੋ। ਜਿਵੇਂ ਕਿਸਾਨਾਂ ਨੇ ਕਿਹਾ ਕਿ ਇਹਨਾਂ ਨੂੰ ਅੰਦਰ ਜਾ ਕੇ ਜੇ ਇਹ ਵਾਕਆਊਟ ਕਰਕੇ ਇਹਨਾਂ ਨੂੰ ਬਾਹਰ ਨਹੀਂ, ਇਹਨਾਂ ਨੂੰ ਅੰਦਰ ਫਿਰ ਬਹਿ ਕੇ ਗੱਲਬਾਤ ਕਰਨੀ ਪੈਗੀ, ਜੇ ਬਾਹਰ ਆ ਗਏ ਤਾਂ ਉਹਨਾਂ ਨੇ ਪਿੱਛੋਂ ਫਿਰ ਸਰਕਾਰ ਜਿਹੜੀ ਇਹ ਕੇਂਦਰ ਸਰਕਾਰ ਆ ਉਹ ਆਪਣੇ ਜਿਹੜੀ ਉਹਨਾਂ ਨੂੰ ਬਹੁਮਤ ਹੈ, ਇਸ ਕਰਕੇ ਉਹ ਕੁਝ ਵੀ ਫੈਸਲੇ ਇਹੋ ਜਿਹੇ ਲੈ ਸਕਦੇ ਜਿਹਦੇ ਨਾਲ ਫਿਰ ਲੋਕਾਂ ਦੇ ਉੱਤੇ ਜਿਹੜਾ ਉਹ ਤਾਨਾਸ਼ਾਹੀ ਟਾਈਪ ਦੇ ਹੁਕਮ ਜਾਰੀ ਹੋਣਗੇ। ਪਰਮਿੰਦਰ ਜੀ, ਅੱਗੇ ਜਿਹੜਾ ਕਿਸਾਨਾਂ ਦਾ ਇਹ ਘਿਰਾਓ ਜਿਹੜਾ ਲਾ ਲਓ ਕਿ ਪਿੰਡਾਂ ਦੇ ਵਿੱਚ ਵੀ ਅਸੀਂ ਦੇਖਿਆ ਕਿ ਰਿਪੋਰਟਾਂ ਹੁਣ ਸਾਹਮਣੇ ਆ ਰਹੀਆਂ, ਹਰਿਆਣੇ ਦੇ ਨਾਲ ਹੁਣ ਪੰਜਾਬ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਮਤੇ ਪਾਸ ਹੋਣ ਲੱਗ ਗਏ ਕਿ ਕੋਈ ਵੀ ਲੀਡਰ ਪਿੰਡਾਂ 'ਚ ਨਾ ਆਵੇ। ਇਹ ਤਾਂ ਦੇਖੋ ਖੇਤੀ ਕਾਨੂੰਨਾਂ ਦਾ ਤਾਂ ਅਸਰ ਹੈਗਾ ਹੀ ਹੈ, ਜਿਹੜੇ ਇਹਨਾਂ ਨੇ ਲਾਗੂ ਕਰਤੇ ਕਾਲੇ ਕਾਨੂੰਨ, ਇਹਨਾਂ ਦਾ ਅੰਦੋਲਨ ਦਾ ਅਸਰ ਤਾਂ ਹੈਗਾ ਹੀ ਹੈ ਨਾ। ਨਾਲ ਨਾਲ ਸੁਖਵਿੰਦਰ ਜੀ, ਜਿਹੜਾ ਸਰਕਾਰ ਦੀ ਆਪਦੀ ਕਾਰਗੁਜ਼ਾਰੀ ਆਮ ਲੋਕਾਂ ਪ੍ਰਤੀ ਹੈ ਨਾ, ਆਪਾਂ ਇਹ ਕਹਿ ਸਕਦੇ ਹਾਂ ਕਿ ਇਸ ਵਾਰ ਕੁਛ ਜਾਗਰੂਕਤਾ ਲੋਕਾਂ ਦੇ ਵਿੱਚ ਆਈ ਹੈ, ਖਾਸ ਕਰ ਜਿਹੜੇ ਪੜ੍ਹੇ ਲਿਖੇ ਨੌਜਵਾਨ ਵਰਗ ਹੈ, ਜਿਹੜਾ ਜਿਹੜਾ ਐਵੇਂ ਆਪਾਂ ਕਹਿ ਲਓ ਕਿ ਪੂਛ ਚੱਕੀ ਨਹੀਂ ਫਿਰਦਾ, ਕਿਸੇ ਦੇ ਮਗਰ ਨਹੀਂ ਲੱਗਦਾ, ਉਹ ਲੋਕ ਜਾਗਰੂਕ ਹੋਏ ਨੇ। ਉਹਨਾਂ ਨੇ ਦੇਖਿਆ ਕਿ ਸਾਨੂੰ ਸਾਡੇ ਬੁਨਿਆਦੀ ਸਾਡੀ ਸਾਡਾ ਢਾਂਚਾ ਬੁਨਿਆਦੀ ਕੀ ਹੁੰਦਾ ਹੈ ਸਮਾਜ ਦਾ, ਸਾਡੀਆਂ ਬੁਨਿਆਦੀ ਲੋੜਾਂ ਕੀ ਨੇ, ਸਾਡੇ ਹੱਕ ਕੀ ਨੇ, ਸਾਡੇ ਅਧਿਕਾਰ ਕੀ ਨੇ, ਸਾਡੇ ਫਰਜ਼ ਕੀ ਨੇ, ਸਾਨੂੰ ਕਰਨਾ ਕੀ ਚਾਹੀਦਾ ਤੇ ਸਾਡੇ ਲਈ ਹੋਣਾ ਕੀ ਚਾਹੀਦਾ, ਉਹਨਾਂ ਲੋਕਾਂ ਨੂੰ ਸਮਝ ਆਈ ਹੈ ਥੋੜ੍ਹੀ ਬਹੁਤੀ, ਤੇ ਉਹ ਲੋਕ ਸਫਲ ਵੀ ਹੋਏ ਆ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਫੈਸਲੇ ਲੈਣ ਦੇ ਵਿੱਚ। ਕਿਉਂਕਿ ਇਹ ਇਕੱਲਾ ਆਪਾਂ ਇਹ ਕਹਿ ਦਈਏ ਕਿ ਇੱਕ ਅੰਦੋਲਨ ਕਰਕੇ ਇੱਦਾਂ ਦਾ ਹੋ ਰਿਹਾ, ਉਹ ਇਹ ਨਹੀਂ ਮੈਂ ਕਹਿ ਸਕਦਾ, ਕਿਉਂਕਿ ਮੰਨ ਲਿਆ ਮੈਂ 90% ਹੋ ਸਕਦਾ ਅੰਦੋਲਨ ਦਾ ਫਰਕ ਪਿਆ, ਪਰ ਮੈਂ ਇੰਨਾ ਕੁ ਲੈ ਕੇ ਚੱਲਦਾ ਕਿ 50-50% ਦੋਨਾਂ ਪਾਸੋਂ ਆਇਆ। ਕਿਸਾਨੀ ਅੰਦੋਲਨ ਨੇ ਜਿੱਥੇ ਜਾਗਰੂਕ ਕਰਨ ਦਾ ਕੰਮ ਨਾਲ ਨਾਲ ਕੀਤਾ, ਇਹ ਵੀ ਨਾਲ ਹੈ ਕਿ ਪਿੰਡਾਂ ਦੇ ਵਿੱਚ ਕਿਸਾਨੀ ਜ਼ਿਆਦੇ ਆ ਤੇ ਉੱਥੇ ਤਾਂ ਰੋਸ ਹੈਗਾ ਹੀ ਹੈ, ਨਾਲ ਨਾਲ ਇਹ ਵੀ ਹੈ, ਪਰ ਨਾਲ ਇਹ ਵੀ ਹੈ ਕਿ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਾਂ ਮੁਹੱਲਿਆਂ ਦੇ ਵਿੱਚ ਕੋਈ ਐਸਾ ਕਾਰਜ ਹੋਇਆ ਹੀ ਨਹੀਂ। ਆ ਕਰੋਨਾ ਦੇ ਵਿੱਚ ਲੋਕ ਤਰ੍ਹਾਂ ਤਰ੍ਹਾਂ ਕਰਦੇ ਮਰ ਗਏ, ਪੁਲਿਸ ਦੇ ਡੰਡੇ ਖਾਂਦੇ ਮਰ ਗਏ, ਕੀ ਸਿਸਟਮ ਹੈ ਇਹ, ਲੋਕਾਂ ਨੂੰ ਸਮਝ ਨਹੀਂ ਆਊਗਾ। ਹੁਣ ਜਿਹੜੀਆਂ ਚੀਜ਼ਾਂ ਸਾਨੂੰ ਪਿੰਡਾਂ ਦੇ ਵਿੱਚ ਚਾਹੀਦੀਆਂ ਨੇ, ਕੀ ਗਲੀਆਂ ਨਾਲੀਆਂ ਵਿਕਾਸ ਹੁੰਦਾ, ਕਿਸੇ ਸ਼ਮਸ਼ਾਨ ਘਾਟ ਦਾ ਸੈੱਡ ਪਾਤਾ ਜੀ, ਕਿਸੇ ਨੂੰ ਧਰਮਸ਼ਾਲਾ ਲਈ 25,000 ਦਿੱਤਾ ਜੀ, ਇਹ ਵਿਕਾਸ ਹੁੰਦੇ ਨੇ। ਤੁਸੀਂ ਸਰਕਾਰ ਦੀਆਂ ਸੈਂਟਰ ਸਰਕਾਰ ਦੀਆਂ ਗ੍ਰਾਂਟਾਂ ਨਾਲ ਕੰਮ ਚੱਲਦਾ ਤੇ ਨੀਂਹ ਪੱਥਰ ਰੱਖਣ ਆਪ ਤੁਰ ਜਾਂਦੇ ਹੋ, ਤੇ ਜੇ ਕੋਈ ਸਵਾਲ ਪੁੱਛਦਾ ਤੇ ਗਨਮੈਨ ਤੋਂ ਥੱਪੜ ਮਰਾ ਦਿੰਦੇ ਹੋ, ਇਹ ਵਿਕਾਸ ਹੁੰਦਾ। ਤੁਸੀਂ ਸਿਹਤ ਕੋਈ ਸਿੱਖਿਆ, ਜੇ ਸਿਹਤ ਵਾਸਤੇ ਕੋਈ ਆਪਣੇ ਪਿਓਰ ਲਈ ਦਵਾਈ ਲੈਣ ਜਾ ਰਿਹਾ, ਪੁਲਿਸ ਉੱਤੇ ਡਾਂਗਾ ਮਾਰਦੀ ਹੈ, ਇਹ ਵਿਕਾਸ ਹੈ। ਇਹ ਅਧਿਕਾਰ ਕਿੱਥੇ ਗਏ ਆਮ ਲੋਕਾਂ ਦੇ, ਹੱਕ ਮੰਗਣ ਦਾ ਅਧਿਕਾਰ ਹੀ ਨਹੀਂ ਰਿਹਾ, ਉਹ ਲੋਕ ਸਮਝਣ ਲੱਗ ਗਏ ਨੇ, ਉਹਨਾਂ ਲੋਕਾਂ ਨੇ ਵੀ ਬੈਨ ਕਰਤਾ ਹੈ। ਇਹ ਇਕੱਲਾ ਭਾਜਪਾ ਲਈ ਨਹੀਂ, ਸਾਰੀਆਂ ਪਾਰਟੀਆਂ ਲਈ ਕਰਿਆ, ਇਹ ਆਪਾਂ ਕਹਿ ਸਕਦੇ ਹਾਂ ਇੱਕ ਅੱਛਾ ਕਦਮ ਹੈਗਾ। ਪੰਜਾਬ ਦੇ ਵਿੱਚ ਕਹਿ ਸਕਦੇ ਕਿ ਜਾਗਰੂਕ ਲੋਕ ਉੱਠੇ ਆ, ਥੋੜ੍ਹਾ ਜਿਹਾ ਉਹਨਾਂ ਨੇ ਹਮਲਾ ਮਾਰਨਾ ਸ਼ੁਰੂ ਕੀਤਾ, ਤੇ ਜੇ ਇੱਦਾਂ ਦੇ ਹਮਲੇ ਪਿੰਡ ਪਿੰਡ ਵੱਜ ਜਾਣ, ਕੋਈ ਆਪਾਂ ਕਿਸੇ ਪਾਰਟੀ ਦੇ ਵਿਰੁੱਧ ਤਾਂ ਹੈ ਨਹੀਂ ਨਾ, ਲੋਕ ਆਪਾਂ ਆਮ ਲੋਕ ਹੀ ਹਾਂ, ਅਸੀਂ ਕਿਹੜਾ ਵੋਟ ਨਹੀਂ ਪਾਉਂਦੇ, ਸਾਰੇ ਵੋਟ ਪਾਉਂਦੇ ਆ, ਰਾਜਨੀਤੀ ਆ ਇਹ, ਲੋਕਤੰਤਰ ਹੈ, ਸਭ ਨੂੰ ਰੋਲ ਅਦਾ ਕਰਨਾ ਚਾਹੀਦਾ ਆਪਣਾ, ਪਰ ਨਾਲ ਸਾਡੇ ਕੋਲ ਸਾਡੇ ਕੋਲ ਹੱਕ ਵੀ ਹੈ ਨਾ, ਆਮ ਲੋਕਾਂ ਕੋਲ ਵੀ, ਅਸੀਂ ਪੁੱਛੀਏ ਵੀ ਤੂੰ ਆਇਆ ਤਾਂ ਹੈਗਾ, ਤਾਂ ਕੀਤਾ ਕੀ ਹੈ, ਦੱਸੋ ਤੁਸੀਂ ਕੀਤਾ ਆ ਕੇ ਥੋੜਾ, ਜਦੋਂ ਤੁਸੀਂ ਆ ਕੇ ਨੀਂਹ ਪੱਥਰ ਰੱਖਦੇ ਹੋ, ਸਾਰੇ ਲੋਕਾਂ ਨੂੰ ਕਹਿ ਦਿੰਦੇ ਹੋ ਇਕੱਠੇ ਹੋ ਜੀ, ਇੱਥੇ ਰੈਲੀ ਕਰੋ, ਸਰਪੰਚ ਦੇ ਨਾਂ ਲਾ ਦਿੰਦੇ ਵੀ ਇਕੱਠ ਇਕੱਠ ਕਰਿਆ ਜਾਵੇ, ਤੇ ਉੱਥੇ ਇਕੱਠ ਦੇ ਵਿੱਚ ਪੁੱਛਣ ਦਾ ਵੀ ਹੱਕ ਹੁੰਦਾ ਭਾਈ,
वादे करे सी तू साडे कोल तां आही प्रॉब्लम 10 साल पहले सी हुण वी आही ने करिया की उह दसो जिन्हें किया आ जाओ असी वोट पा दिंदे आ ते उह चीज़ां जिहड़ियां हैगियां जरूरी भी ने लोकतंत्र दे विच अगर तुसीं समाज नूं सच्ची मुची सेध देना चाहुंदे हो तां लोकां समाज लोकां दा लोकतंत्र लोकां दा सत्ता ते बिठाउण वाले लोक ने ठीक है काम जे लोकां दा नहीं होऊगा ते इहनां दी जायदादां बनाउण नूं थोड़ी ठेका लै लिया लोकां ने अपने आप वी हां पैसे कमा के इहनां दी जेबां भरन इहनां दे बच्चिआं वास्ते अच्छे अच्छे बोर्डिंग स्कूल इहनां दे बच्चिआं इहनां दे परिवारां नूं जहाजां राहीं बाहर अमेरिका कनेडा दे विच इलाज ਸਾਡੇ ਵਾਲਾ ਇੱਥੇ ਕੋਈ ਬੰਦਾ ਵਿਚਾਰਾ ਬਜ਼ੁਰਗ ਵੀ ਹੋਵੇ ਚਾਹੇ ਨੌਜਵਾਨ ਹੋਵੇ ਕੋਈ ਉਹਨੂੰ ਐਂਬੂਲੈਂਸ ਨਹੀਂ ਪਹੁੰਚਦੀ ਟਾਈਮ ਤੇ ਇੱਥੇ ਤਾਂ ਚਾਰ ਦੀਵਾਰੀ ਦੇ ਨੇੜੇ ਕੰਧ ਦੇ ਨੇੜੇ ਬੱਚੇ ਦਾ ਜਨਮ ਹੋ ਜਾਂਦਾ ਠੀਕ ਹੈ ਉਹ ਚੀਜ਼ਾਂ ਸਾਡੇ ਲਈ ਨੇ ਇਹਨਾਂ ਲਈ ਕਿਉਂ ਨਹੀਂ ਹੈਗੀਆਂ ਇਹਨਾਂ ਲਈ ਅਲੱਗ ਸੰਵਿਧਾਨ ਬਣਿਆ ਹੋਇਆ ਕੋਈ ਸੋ ਇਹ ਜਾਗਰੂਕਤਾ ਚਾਹੀਦੀ ਸੀ ਸੋ ਆਈ ਹੈ ਜਿਹੜੀ ਜਾਗਰੂਕਤਾ ਸੁਖਵਿੰਦਰ ਜੀ ਮੈਂ ਕਹਿੰਦਾ ਇਹ ਪਿੰਡ ਪਿੰਡ ਹੋਣਾ ਚਾਹੀਦਾ ਵੋਟ ਪਾਓ ਉਹਨੂੰ ਜਿਹੜਾ ਬੰਦਾ ਤੁਹਾਡੇ ਕੰਮ ਆਇਆ ਜਿਹਨੇ ਲੋਕਾਂ ਦੇ ਲਈ ਕੰਮ ਕੀਤੇ ਨੇ ਨਿੱਜੀ ਨਹੀਂ ਵੀ ਕਿਸੇ ਚਮਚੇ ਦੇ ਲਈ ਕਿਸੇ ਦੇ ਉਹ ਤਲਵੇ ਚੱਟਣ ਵਾਲੇ ਬੰਦੇ ਨੂੰ ਚੇਅਰਮੈਨ ਲਾ ਤਾ ਜੀ ਕਿਸੇ ਨੂੰ ਫਲਾਣਾ ਦੇਤਾ ਜੀ ਤੇ ਉਹਦੇ ਕਿਸੇ ਤੋਂ ਵੋਟ ਪੈ ਗਈ ਨਹੀਂ ਪਿੰਡ ਦੇ ਲਈ ਲੋਕਾਂ ਦੇ ਲਈ ਕੀ ਕਰਿਆ ਸਮਾਜ ਦੇ ਲਈ ਕੀ ਕਰਿਆ ਕੀ ਸਮਾਜ ਸੁਧਾਰਕ ਬਣਿਆ ਉਹ ਬੰਦਾ ਕੀ ਸੱਚੀ ਮੁੱਚੀ ਲੋਕਤੰਤਰ ਦੇ ਪ੍ਰਤੀ ਫਰਜ਼ ਅਦਾ ਕੀਤਾ ਉਸ ਬੰਦੇ ਨੇ ਚੋਣਾਂ ਜਿੱਤ ਕੇ ਉਹਦੇ ਲਈ ਜ਼ਰੂਰ ਹੋਣਾ ਚਾਹੀਦਾ ਤੋ ਅੱਛੀ ਕਹਿ ਸਕਦੇ ਆਪਾਂ ਮੁਹਿੰਮ ਹੈ ਤੇ ਲੋਕਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਜੀ ਬਿਲਕੁਲ 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 ਇੱਕ ਪਰਮਿੰਦਰ ਜੀ ਅਗਲੀ ਖਬਰ ਜੇ ਆਪਾਂ ਪੰਜਾਬ ਦੇ ਨਾਲ ਜੋੜੀਏ ਕਿਸਾਨਾਂ ਦੇ ਮਸਲੇ ਦੇ ਵਿੱਚ ਕਿਸਾਨ ਅੱਜ ਵੀ ਬਿਜਲੀ ਵਾਲੇ ਮੁੱਦੇ ਨੂੰ ਲੈ ਕੇ ਸਰਕਾਰ ਦੇ ਉੱਤੇ ਭੜਕੇ ਹੋਏ ਨੇ ਕਿਸਾਨ ਕਹਿੰਦੇ ਕਿ ਸਰਕਾਰ ਕਹਿੰਦੀ ਹੈ ਕਿ ਅਸੀਂ 8-8 ਘੰਟੇ ਦੀ ਬਿਜਲੀ ਜਿਹੜੀ ਆ ਉਹ ਕਿਸਾਨਾਂ ਨੂੰ ਹੁਣ ਦੇ ਰਹੇ ਹਾਂ ਕਿਸਾਨ ਕਹਿੰਦੇ ਕਿ ਉਹਦੇ ਵਿੱਚ ਵੀ ਕੱਟ ਲੱਗਦਾ ਦਿਖਾਵਾ ਆ ਕਾਗਜ਼ਾਂ ਦੇ ਵਿੱਚ ਇੱਧਰਲੇ ਪਾਸੇ ਪ੍ਰਤਾਪ ਸਿੰਘ ਬਾਜਵਾ ਨਵਜੋਤ ਸਿੱਧੂ ਤੋਂ ਬਾਅਦ ਬੋਲ ਰਹੇ ਨੇ ਨਵਜੋਤ ਸਿੱਧੂ ਹੁਣਾਂ ਦਾ ਬਿਆਨ ਆਇਆ ਸੀ ਫਿਰ ਪ੍ਰਤਾਪ ਸਿੰਘ ਬਾਜਵਾ ਹੁਣਾਂ ਦਾ ਵੀ ਆਇਆ ਉਹ ਵੀ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਜਿਹੜਾ ਇਸ ਬਿਜਲੀ ਸੰਕਟ ਨੂੰ ਹੱਲ ਕਰਨਾ ਚਾਹੀਦਾ ਮੁੱਖ ਮੰਤਰੀ ਸਾਹਿਬ ਨੂੰ ਹੁਣ ਅਪੀਲ ਕਰ ਰਹੇ ਨੇ ਇਹਨੂੰ ਸਾਰੇ ਨੂੰ ਕਿੱਦਾਂ ਦੇਖੋ ਬਿਜਲੀ ਸੰਕਟ ਦਾ ਹੱਲ ਲੋਕਾਂ ਦੀ ਮੰਗ ਹੈ ਇਹ ਲੋਕਾਂ ਦੀ ਆਵਾਜ਼ ਨੂੰ ਜੇ ਕੋਈ ਮੰਤਰੀ ਸੰਤਰੀ ਜਾਂ MLA ਕੋਈ MP ਆ ਕੇ ਮੀਡੀਆ ਦੇ ਅੱਗੇ ਬੋਲ ਦਿੰਦਾ ਉਹ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਸੱਚੀ ਮੁੱਚੀ ਬਹੁਤ ਵੱਡਾ ਉਹਨੇ ਪਰਉਪਕਾਰ ਕਰਤਾ ਸਾਡੇ ਤੇ ਉਹ ਇਹ ਗੱਲਾਂ ਨੇ ਗੱਲਾਂ ਦਾ ਜਿਵੇਂ ਆ ਸਰਕਾਰੀਆ ਨੇ ਕਿਹਾ ਕਿ ਗੱਲਾਂ ਹੋਰ ਹੁੰਦੀਆਂ ਨੇ ਪ੍ਰੈਕਟੀਕਲ ਹੋਰ ਹੁੰਦਾ ਅਮਲ ਹੋਰ ਹੁੰਦਾ ਉਹ ਚੀਜ਼ਾਂ ਹੋਰ ਨੇ ਜਦੋਂ ਕਰਨਾ ਸੀ ਕੰਮ ਉਦੋਂ ਕੰਮ ਕਰਨਾ ਸੀ ਹੁਣ ਬੋਲਣ ਨਾਲ ਤਾਂ ਕੁਛ ਨਹੀਂ ਬਣਨਾ ਬੋਲ ਤਾਂ ਲੋਕ ਰਹੇ ਨੇ 4 ਸਾਲਾਂ ਤੋਂ ਬੋਲ ਰਹੇ ਨੇ ਵਿਚਾਰੇ ਜੇ ਸੁਣਨੀ ਸੀ ਉਹਨਾਂ ਦੀ ਉਹ ਸੁਣ ਲੈਂਦੇ ਉਹ ਪਹਿਲਾਂ ਹੀ ਰੌਲਾ ਪਾਉਂਦੇ ਨੇ ਹਰੇਕ ਚੀਜ਼ ਬਾਰੇ ਪਹਿਲਾਂ ਹੀ ਜਾਗਰੂਕ ਕਰ ਦਿੰਦੇ ਉਹਨਾਂ ਨੂੰ ਪਤਾ ਹੁੰਦਾ ਕੰਧ ਤੁਹਾਨੂੰ ਦਿਖਣਾ ਹੁੰਦਾ ਉਹਨਾਂ ਨੂੰ ਦਿਖ ਰਿਹਾ ਹੁੰਦਾ ਉਹਨਾਂ ਨੂੰ ਉਹ ਤੁਹਾਡੇ ਨਾਲੋਂ ਜ਼ਿਆਦਾ ਪ੍ਰੈਕਟੀਕਲ ਕਿਉਂਕਿ ਉਹਨਾਂ ਦੇ ਬਿਹਤਰੀ ਹੁੰਦੀ ਹੈ ਸੁਖਵਿੰਦਰ ਜੀ ਉਸ ਪ੍ਰੋਸੈਸ ਦੇ ਵਿੱਚ ਨੂੰ ਉਸ ਆਪਾਂ ਕਹਿ ਲਓ ਉਹਦੇ ਪ੍ਰਕਿਰਿਆ ਦੇ ਵਿੱਚ ਨੂੰ ਲੰਘ ਰਹੇ ਹੁੰਦੇ ਨੇ ਜਿਹੜੇ ਇਹਨਾਂ ਨੂੰ ਬਾਅਦ ਚ ਆ ਕੇ ਚੇਤੇ ਆਉਂਦੀ ਹੈ ਉਹ 300 ਯੂਨਿਟਾਂ ਜਿਹੜੀਆਂ ਮਾਫ ਕਰਨ ਦੀ ਕੇਜਰੀਵਾਲ ਗੱਲ ਕਰ ਗਿਆ ਉਹਨਾਂ ਉਹਦਾ ਕਰਕੇ ਹੁਣ ਸਾਰਾ ਰੌਲਾ ਪਿਆ ਹੋਇਆ ਸਾਰਾ ਜਿਹੜਾ ਦੂਜੇ ਲੋਕਾਂ ਨੇ ਮੁੱਦੇ ਹੋਰ ਚੱਕ ਲਏ ਕੋਈ ਮਾਈਨਿੰਗ ਵਾਲਾ ਮੁੱਦਾ ਚੱਕੀ ਫਿਰਦਾ ਹੈ ਆ ਕੋਈ ਕਿਸੇ ਨੇ ਬਿਜਲੀ ਵਾਲਾ ਚੱਕ ਲਿਆ ਇਹ ਚੀਜ਼ਾਂ ਪਹਿਲਾਂ ਕਿਉਂ ਨਹੀਂ ਹੋਈਆਂ ਹੋਈਆਂ ਨਹੀਂ ਆਪਾਂ ਇਹ ਨਹੀਂ ਕਹਿ ਰਹੇ ਬਿਆਨਬਾਜ਼ੀ ਕਿਉਂ ਨਹੀਂ ਕੀਤੀਆਂ ਸਰਕਾਰ ਚ ਨਹੀਂ ਸੀ ਕਿ ਕਹਿ ਦਿੰਦੇ ਲੋਕ ਕਿੰਨੇ ਆ ਹੋਣੇ ਆਪਾਂ ਕਹਿ ਲਓ ਜਾਂ ਤਾਂ ਉਹ ਭਗਤ ਨੇ ਤੇ ਜਾਂ ਵਿਚਾਰੇ ਭੋਲੇ ਨੇ ਵੀ ਸੱਤਾ ਦੇ ਵਿੱਚ ਇਹਨਾਂ ਕੋਲ ਇਹਦੀ ਮੰਨੀ ਕਿਹਨੇ ਆ ਇਹਦੀ ਸੁਣੀ ਕਿਹਨੇ ਆ ਸਾਰੇ ਕਹਿੰਦੇ ਨੇ ਵੀ ਜੇ ਕੋਈ ਬੋਲਦਾ ਚਾਹੇ ਸਿੱਧੂ ਬੋਲਦਾ ਜਾਂ ਕੋਈ ਹੋਰ ਮੰਤਰੀ ਬੋਲਦਾ ਜਾਂ ਪ੍ਰਤਾਪ ਸਿੰਘ ਬਾਜਵਾ ਕੋਈ ਵੀ ਆ MLA ਕੋਈ ਬੋਲਦਾ ਜੇ ਉਹਦੇ ਬਾਰੇ ਆਪਾਂ ਕਹਿ ਦਿੰਦੇ ਕਿ ਹੁਣ ਬੋਲਣ ਦਾ ਕੀ ਫਾਇਦਾ ਤਾਂ ਲੋਕ ਕਮੈਂਟ ਜਾਂ ਫੋਨ ਕਰਕੇ ਕਹਿੰਦੇ ਜੀ ਇਹਦੇ ਕੋਲ ਕਿਹੜਾ ਪਾਵਰ ਸੀ ਇਹਦੀ ਸੁਣੀ ਨੀ ਕੈਪਟਨ ਸਾਹਿਬ ਨੇ ਫਲਾਣਾ ਟਿੰਗੜਾ ਜੇ ਭਾਈ ਸੁਣੀ ਨੀ ਸਰਕਾਰ ਚ ਕਿਉਂ ਬੈਠਾ ਹੈ ਜਦੋਂ ਕੰਮ ਹੀ ਨਹੀਂ ਹੋਣਾ ਰਿਜ਼ਾਈਨ ਕਰੋ ਸਰਕਾਰ ਡੇਗੋ ਵਿਰੋਧ ਤਾਂ ਕਰੋ ਕਿਸੇ ਪੱਖ ਸਹੂਲਤਾਂ ਤਾਂ ਸਾਰੀਆਂ ਲੈ ਰਹੇ ਹੋ ਸਹੂਲਤ ਦੱਸੋ ਕਿਹੜੀ ਛੱਡੀ ਹੈ ਤਨਖਾਹ ਛੱਡਤੀ ਉਹਨੇ ਤਾਂ ਆਪਣੇ ਕੋਲੋਂ ਜੀ ਇੰਨਾ ਕੁਛ ਕਰਤਾ ਕਿਸੇ ਨੇ ਕਿਹਾ ਬਥੇਰੇ ਲੋਕ ਕਰ ਰਹੇ ਨੇ ਤੁਸੀਂ ਉਹਨਾਂ ਨੂੰ ਕੁਰਸੀ ਬਖਸ਼ਤੀ MLA MP ਬਣਾ ਤਾ ਵੀ ਹਾਂ ਜਾਂ ਤੂੰ ਬਹੁਤ ਬੜਾ ਕੁਛ ਕੀਤਾ ਸਮਾਜ ਲਈ ਆ ਜਾ ਤੈਨੂੰ ਉਹਦੇ ਤਾਂ ਵਿਚਾਰੇ ਦੇ ਲੱਤਾਂ ਮਾਰਦੇ ਤੁਸੀਂ ਆਮ ਬੰਦੇ ਜੇ ਕੋਈ ਕਰਦਾ ਵੀ ਉਹਦਾ ਮਤਲਬ ਕੱਢਦੇ ਨੇ ਵੇ ਇਹਨੂੰ ਪਤਾ ਨੀ ਕੀ ਲਾਲਚ ਹੈ ਜੇ ਕੋਈ ਕਰ ਰਿਹਾ ਹੁੰਦਾ ਉਹਨੂੰ ਤਾਂ ਬਦਨਾਮ ਕਰਨ ਦੀ ਮਿੰਟ ਲਾਉਂਦੇ ਹੋ ਇਹ ਇਹੋ ਜਿਹੇ ਬੰਦਿਆਂ ਦੇ ਗੁਣ ਗਾਉਂਦੇ ਹੋ ਇਹ ਗੱਲਾਂ ਗਲਤ ਨੇ ਜੇ ਆਪਾਂ ਪਰਿਵਾਰ ਵਿੱਚ ਵੀ ਏਦਾਂ ਹੁੰਦਾ ਸੁਖਵਿੰਦਰ ਜੀ ਜੇ ਕੋਈ ਨਹੀਂ ਸੁਣਦਾ ਅਗਲਾ ਕਹਿੰਦਾ ਮੈਨੂੰ ਕੀ ਆ ਪਰੇ ਕਰੋ ਆਪਾਂ ਕੰਨੀ ਹੋ ਜਾਂਦਾ ਬੰਦਾ ਸਾਈਡ ਤੇ ਹੋ ਜਾਂਦਾ ਵੀ ਚਲੋ ਅਲੱਗ ਹੋ ਜਾਓ ਜੀ ਇਹ ਤਾਂ ਸਰਕਾਰ ਹੈ ਇਹਦੇ ਵਿੱਚ ਤਾਂ ਕੋਈ ਪਰਿਵਾਰ ਵਾਲੀ ਗੱਲ ਹੀ ਨਹੀਂ ਹੈ ਜੇ ਤੁਹਾਡੀ ਨਹੀਂ ਸੁਣੀ ਜਾ ਰਹੀ ਤੁਸੀਂ ਪੰਜਾਬ ਦੇ ਹਿੱਤਾਂ ਦੇ ਰਾਖੇ ਹੋ ਲਾਂਭੇ ਹੋ ਜਾਓ ਆਪਣੇ ਆਪ ਨੂੰ ਲਾਂਭੇ ਕਰੋ ਸਰਕਾਰ ਡੇਗੋ ਆਓ ਸਾਰੇ ਪਹਿਲਾਂ ਵੀ ਅਸੀਂ ਕਿਹਾ ਹੁਣ ਵੀ ਕਹਿ ਰਹੇ ਹਾਂ
ਨਹੀਂ ਸੁਣਦੇ ਸੀ ਮੰਤਰੀ ਅਸਤੀਫਾ ਦਿੰਦੇ ਕੀ ਕਰਦੇ ਸੀ ਗੱਲ ਤਾਂ ਕੁਰਸੀ ਦੀ ਹੈ ਰੌਲਾ ਤਾਂ ਕੁਰਸੀ ਤੇ ਕੁਰਸੀ ਪਿੱਛੇ ਬੋਲੀ ਜਾਂਦੇ ਨੇ ਆਹ ਵੀ ਬਿਆਨਬਾਜ਼ੀ ਹੁਣ ਪਹਿਲਾਂ ਵੀ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਬੋਲਿਆ ਹੀ ਆ ਜਦੋਂ ਪਹਿਲਾਂ ਪਿਛਲੀਆਂ ਚੋਣਾਂ ਆ ਚੋਣਾਂ ਦੇ ਵਿੱਚ ਨੀ ਬੋਲਿਆ ਕਿ ਮੈਂ ਅਸਤੀਫਾ ਦੇ ਦੂੰਗਾ ਰੱਸੇ ਆ ਗਲਾਂ ਚ ਗਲਾਂ ਤੋਂ ਫੜ ਕੇ ਰੱਸੇ ਪਾ ਕੇ ਹੱਥ ਬੰਨ ਕੇ ਨਾਲ ਏ ਸੀ ਅਕਾਲੀ ਦਲ ਦੇ ਬੰਦਿਆਂ ਦੇ ਵੀ ਇਹਨਾਂ ਨੂੰ ਅੰਦਰ ਟੱਕ ਦਾਂਗੇ ਠੀਕ ਹੈ ਤੇ ਉਹ ਜੇ ਨਾ ਐ ਕੀਤਾ ਤਾਂ ਮੈਂ ਅਸਤੀਫਾ ਦੇ ਦੂੰ ਕਿੱਥੇ ਅਸਤੀਫਾ ਕਿਹਨੂੰ ਅੰਦਰ ਟੱਕਦਾ ਤੋ ਇਹ ਅਸਲ ਦੇ ਵਿੱਚ ਜਿਹੜਾ 300 ਯੂਨਿਟ ਲੋਕ ਤਾਂ ਮੰਗਦੇ ਨੀ ਫਰੀ ਲੋਕ ਕਹਿੰਦੇ ਸਾਨੂੰ ਰੁਜ਼ਗਾਰ ਦੇ ਦੋ ਅਸੀਂ ਤਾਰਾਂਗੇ ਬਿੱਲ ਕੌਣ ਕਹਿੰਦਾ ਫਰੀ ਫਰੀ ਮੰਗਦਾ ਕੁਝ ਦੱਸੋ ਕੌਣ ਮੰਗ ਆਪਣੇ ਆਪ ਹੀ ਰੌਲਾ ਪਾਈ ਜਾਂਦੇ ਨੇ ਆਪਣੇ ਆਪ ਹੀ ਦੇ ਦਿੰਦੇ ਨੇ ਤੁਸੀਂ ਰੁਜ਼ਗਾਰ ਤੁਸੀਂ ਫਰੀ ਆਟਾ ਦਾਲ ਸਕੀਮ ਹੈ ਕਿਹਨੇ ਕਿਹਾ ਸ਼ੁਰੂ ਕਰਨ ਤੁਸੀਂ ਜਿਹਨਾਂ ਨੂੰ ਫਰੀ ਆਟਾ ਦਾਲ ਸਕੀਮ ਦੇਣੀ ਉਹਨਾਂ ਦੇ ਘਰ ਚ ਰੁਜ਼ਗਾਰ ਦੇ ਦੂ ਰੁਜ਼ਗਾਰ ਦੋ ਉਹਨਾਂ ਨੂੰ ਕਹੋ ਵੀ ਆ ਖਰੀਦ ਕੇ ਖਾ ਆ ਚੱਲ ਆ ਕੰਮ ਕਰ ਪੈਸੇ ਮਿਲਣਗੇ ਤੇ ਖਰੀਦ ਕੇ ਖਾ ਕੌਣ ਜਵਾਬ ਦਿੰਦਾ ਦੱਸੋ ਦਿੰਦਾ ਕੋਈ ਜਵਾਬ ਬਿੱਲ ਭਰਨ ਨੂੰ ਕਿਸੇ ਨੇ ਜਵਾਬ ਦਿਆ ਆ ਪੈਟਰੋਲ ਵੀ ਹੁਣ ਤੁਸੀਂ ਮਹਿੰਗਾ ਕਰਤਾ ਪੈਟਰੋਲ ਹਾਲਾਂਕਿ ਜਿਹੜੇ ਅੰਕੜੇ ਨੇ ਅੱਜ ਅਖਬਾਰ ਦੇ ਵਿੱਚ ਬਹੁਤ ਵੱਡੀ ਰਿਪੋਰਟ ਲੱਗੀ ਹੋਈ ਆ ਕਿ ਇਹ ਇਹਨਾਂ ਦਾ ਕੌਮਾਂਤਰੀ ਜਿਹੜੇ ਉਹ ਨੇ ਰੇਟ ਨੇ ਉਹਨਾਂ ਨਾਲ ਕੋਈ ਸੰਬੰਧ ਨਹੀਂ ਹੈ ਜਦੋਂ 2020-21 ਦਾ ਦੱਸਿਆ ਉਹਨਾਂ ਨੇ ਰੇਟ ਵੀ ਉਦੋਂ 17 ਸਾਲਾਂ ਦੇ ਵਿੱਚ 44 ਕੁਛ ਡਾਲਰ ਜਿਹੜਾ ਬੈਰਲ ਹੋਇਆ ਸੀਗਾ ਤੇ ਸਭ ਤੋਂ ਘੱਟ ਸੀਗਾ ਇਹ ਇੱਕ ਵਾਰ ਪਹਿਲਾਂ ਹੋਇਆ 32 ਕੁਛ ਡਾਲਰ ਤੇ 1.44 ਪਰ ਉਦੋਂ ਵੀ ਰੇਟ ਇਹੀ ਆ ਹੁਣ ਜਾ ਕੇ ਵਧਿਆ ਇਸ ਸਾਲ ਦਾ ਹੁਣ ਵੀ ਰੇਟ ਉਹੀ ਦੁੱਗਣਾ ਤਿੱਗਣਾ ਵਧਾ ਰਹੇ ਨੇ ਕੰਪਨੀਆਂ ਵਧਾ ਰਹੀਆਂ ਨੇ ਟੈਕਸ ਵਧਾ ਰਹੇ ਨੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ ਗੱਲ ਉਹੀ ਆ ਕਿ ਜੇ ਇੰਪਲੀਮੈਂਟ ਕਰਨਾ ਹੈ ਤਾਂ ਉਹਨੂੰ ਕਰੋ ਪਰ ਨਾਲ ਲੋਕਾਂ ਨੂੰ ਸਹੂਲਤ ਦਿਓ ਉਹ ਜੇ ਤੁਸੀਂ 300 ਯੂਨਿਟ ਫਰੀ ਦੇ ਕੇ ਤੁਸੀਂ ਕੱਢੋਗੇ ਕਿੱਥੋਂ ਰੈਵਿਨਿਊ ਉਹ ਬਿਜਲੀ ਦੀ ਸਬਸਿਡੀ ਕਿਹਦੇ ਤੇ ਪਾਉਂਗੇ ਵੀ ਆ ਬਿੱਲ ਤੁਸੀਂ ਪੜ੍ਹ ਕੇ ਦੇਖ ਲਓ ਕਿੰਨੇ ਟੈਕਸ ਲੱਗਦੇ ਨੇ ਪ੍ਰਤੀ ਯੂਨਿਟ ਦੇਖ ਲਓ ਕਿੱਥੇ ਜਾਂਦਾ ਗੱਲ ਕਿੱਥੇ ਜਾਂਦੀ ਹੈ ਆਮ ਲੋਕਾਂ ਤੇ ਪੈਣਾ ਇੱਧਰ ਨੂੰ ਨੀ ਕੰਨ ਫੜਨਾ ਕਹਿੰਦਾ ਦੂਜੇ ਪਾਸੇ ਫੜ ਲਓ ਤੋ ਗੱਲ ਇਹੀ ਆ ਵੀ ਜੇ ਤੁਸੀਂ ਇੰਪਲੀਮੈਂਟ ਕਰਨਾ ਸਭ ਤੋਂ ਵੱਡੀ ਗੱਲ ਹੈ ਸਿੱਖਿਆ ਸਿਹਤ ਤੇ ਰੁਜ਼ਗਾਰ ਉਹਨਾਂ ਮੁੱਦਿਆਂ ਤੇ ਗੱਲ ਕਰੋ ਉਹ ਦਿਓ ਲੋਕਾਂ ਨੂੰ ਇਹ ਫਰੀ ਚੀਜ਼ਾਂ ਰਹਿਣ ਤੋਂ ਦੇਣ ਤੋਂ ਮੰਗਦੇ ਨਹੀਂ ਹੈਗੇ ਉਹ ਹੱਥ ਜੋੜਦੇ ਆ ਇਹ ਨਾ ਦਿਓ ਦੇਣਾ ਇਹ 3 ਚੀਜ਼ਾਂ ਜ਼ਰੂਰੀ ਕਰ ਦਿਓ ਇਹ ਤਾਂ ਸਿੱਖਿਆ ਫਰੀ ਕਰ ਦਿਓ ਰੁਜ਼ਗਾਰ ਦੇ ਦਿਓ ਮੁੜ ਕੇ ਕੁਛ ਜੋ ਮਰਜ਼ੀ ਕਰੀ ਜਾਓ ਤੁਸੀਂ ਫਿਰ ਕਿਸੇ ਚੀਜ਼ ਦੀ ਪਰਵਾਹ ਨਹੀਂ ਘਰ ਘਰ ਦੇ ਵਿੱਚ ਰੁਜ਼ਗਾਰ ਦਾ ਵਾਅਦਾ ਕਰਿਆ ਸੀ ਨਹੀਂ ਵਾਅਦਾ ਪੂਰਾ ਕਰਿਆ ਸਰਕਾਰ ਕਿਉਂ ਨਹੀਂ ਹੁਣ ਤੱਕ ਹਿਲਾਈ ਬਈ MLA MP ਨੇ ਆਹ ਮੰਤਰੀਆਂ ਨੇ ਕਿੱਥੇ ਸੀ ਉਦੋਂ ਅੱਜ ਬੋਲਣ ਲੱਗ ਗਏ ਅਖਬਾਰਾਂ 'ਚ ਕਹਿਣ ਦੀਆਂ ਗੱਲਾਂ ਨੇ ਸੁਖਵਿੰਦਰ ਜੀ ਸਿਰਫ ਸਟੰਟ ਨੇ 2022 ਨੇੜੇ ਆ ਰਹੀ ਹੈ ਹਾਲੇ ਤਾਂ ਬਹੁਤ ਕੁਛ ਹੋਣਾ ਬੜੇ ਬੜੇ ਬਿਆਨ ਆਉਣੇ ਨੇ ਬੜੇ ਭਗਤਾਂ ਨੇ ਬਹੁਤ ਕੁਛ ਬੋਲਣਾ ਦੇਖਦੇ ਜਾਓ ਜੀ ਬਿਲਕੁਲ ਬਿਲਕੁਲ ਅੱਗੇ ਪਰਮਿੰਦਰ ਜੀ ਮਾਈਨਿੰਗ ਮਾਫੀਆ ਦਾ ਮਸਲਾ ਸੁੱਖ ਸਰਕਾਰੀਆ ਹੁਣੀ ਬਹੁਤ ਕੁਛ ਖੋਲ ਗਏ ਸਵਾਲ ਉਹਨਾਂ ਨੂੰ ਬਠਿੰਡੇ ਵਾਲੀ ਤੇ ਮੁਕਤਸਰ ਸਾਹਿਬ ਦੀ ਮਾਈਨਿੰਗ ਬਾਰੇ ਹੋਇਆ ਉਹ ਕਹਿੰਦੇ ਕਿ ਉੱਥੇ ਤਾਂ ਕੋਈ ਲੀਗਲ ਹੈ ਹੀ ਨੀ ਮਤਲਬ ਕਿ ਇਲੀਗਲ ਚੱਲ ਰਹੀ ਹੈ ਜੇ ਕਿਸੇ ਮੰਤਰੀ ਤੇ ਉਂਗਲ ਉੱਠਦੀ ਹੈ ਤਾਂ ਉਹਦੀ ਜਾਂਚ ਕਰਵਾਉਣ ਦੀ ਬਜਾਏ ਉਹ ਕਹਿੰਦੇ ਕੋਈ ਨੀ ਠੀਕ ਹੈ ਚੱਲ ਰਿਹਾ ਬਠਿੰਡੇ ਤੇ ਮੁਕਤਸਰ ਸਾਹਿਬ ਤਾਂ ਕਹਿੰਦੇ ਸਾਡਾ ਕੋਈ ਲੀਗਲ ਹੈ ਨੀ ਬਾਕੀ ਥਾਵਾਂ ਤੇ ਚੱਲ ਰਿਹਾ ਫਿਰ ਉਹ ਮਾਫੀਏ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਹ ਕਹਿੰਦੇ ਕਿ ਮਾਫੀਆ ਨਹੀਂ ਹੁਣ ਤਾਂ ਚੋਰ ਹੈ ਮਤਲਬ ਗੱਲ ਉਹੀ ਆ ਗਈ ਕਿ ਨਾਮ ਬਦਲ ਕੇ ਮਾਫੀਏ ਦਾ ਚੋਰ ਰੱਖਦਾ ਕਿਉਂਕਿ ਮਾਫੀਏ ਨਾਲ ਗੱਲ ਵੱਡੀ ਹੁੰਦੀ ਹੈ ਤੇ ਬਾਹਰ ਜਾਂਦੀ ਹੈ ਸਰਕਾਰ ਦੀ ਮਿੱਟੀ ਪਲੀਤ ਹੁੰਦੀ ਹੈ ਇਸ ਕਰਕੇ ਇਹਨੂੰ ਤੁਸੀਂ ਚੋਰ ਕਹਿ ਦਿਓ ਕਿ ਚੋਰ ਚੋਰੀ ਕਰਦਾ ਉਹ ਕਹਿੰਦੇ ਰਾਤ ਬਰਾਤੇ ਕਰ ਲੈਂਦਾ ਪਰ ਹੈਰਾਨਗੀ ਦੀ ਗੱਲ ਹੈ ਕਿ ਮਾਈਨਿੰਗ ਮਾਫੀਆ ਦੇ ਚੱਲ ਰਿਹਾ ਜੇ ਪਹਿਲਾਂ ਘਪਲੇਬਾਜ਼ੀ ਹੋਈ ਕਹਿੰਦੇ ਸੀ ਉਦੋਂ 40 ਕਰੋੜ ਦਾ ਤਕਰੀਬਨ 40-50 ਕਰੋੜ ਆਉਂਦਾ ਸੀ ਹੁਣ ਅਸੀਂ 300 ਕਰੋੜ ਤੱਕ ਲੈ ਕੇ ਜਾ ਰਹੇ ਹਾਂ ਤਾਂ ਮਤਲਬ ਜੇ ਪਿੱਛੇ ਘਪਲਾ ਹੋਇਆ ਉਹਦੀ ਜਾਂਚ ਕੌਣ ਕਰੇਗਾ ਜੇ 40-40 ਕਰੋੜ ਉਹਨਾਂ ਟਾਈਮਾਂ 'ਚ ਆਉਂਦਾ ਰਿਹਾ ਤੇ ਵਿੱਚ ਜਿਹੜਾ ਫਾਸਲਾ 200-250 ਕਰੋੜ ਦਾ ਉਹ ਕੌਣ ਖਾ ਗਿਆ ਉਹਦੇ ਬਾਰੇ ਦੱਸ ਨਹੀਂ ਰਹੇ ਗੱਲ ਸੁਖਵਿੰਦਰ ਜੀ ਮਾਫੀਏ ਦੀ ਗੱਲ ਕਰਦੇ ਤਾਂ ਜਿਵੇਂ ਮਾਫੀਏ ਦੀ ਡੈਫੀਨੇਸ਼ਨ ਵੀ ਦੱਸੀ ਆ ਸਰਕਾਰੀਆਂ ਨੇ ਕਿ ਮਾਫੀਆ ਹੁੰਦਾ ਪੁਲਿਸ ਦੇ ਸਾਹਮਣੇ ਜਾਂ ਉਹ ਧੱਕੇ ਨਾਲ ਗੁੰਡਾਗਰਦੀ ਕਰਕੇ ਏਦਾਂ ਮਾਣ ਲੈ ਕੇ ਜਾਣਾ ਜਾਂ ਕੁਛ ਕਰਨਾ ਜ਼ੋਰ ਜਮਾਇਸ਼ ਕਰਕੇ ਧੱਕਾ ਦਿਖਾਉਣਾ ਹੈ ਨਾ ਅਤੇ ਉਹ ਠੀਕ ਹੈ ਉਹਨਾਂ ਨੇ ਕੀਤਾ ਅਗਲਿਆਂ ਨੇ 10 ਕੀਤਾ ਹੋਊਗਾ ਮਾਫੀਆ ਇਹਨਾਂ ਨੇ ਪੈਦਾ ਕੀਤਾ ਤਾਂ ਗੱਲ ਠੀਕ ਹੈ ਉਹਨਾਂ ਦੀ ਇਸ ਗੱਲ 'ਚ ਤਾਂ ਕੋਈ ਦੋ ਰਾਵਾਂ ਹੈ ਹੀ ਨਹੀਂ ਚਲੋ ਮਾਫੀਏ ਤਾਂ ਬਹੁਤ ਸਾਰੇ ਪੈਦਾ ਕੀਤੇ ਹੀ ਨੇ ਅਕਾਲੀ ਦਲ ਦੀ ਦੇਣ ਵੀ ਹੈਗੀ ਆ ਇਹਦੇ 'ਚ ਆਪਾਂ ਕਹਿ ਨਹੀਂ ਸਕਦੇ ਵੀ ਨਹੀਂ ਹੈਗੀ ਇਹ ਰੋਲ ਤਾਂ ਹੈਗਾ ਹੀ ਆ 10 ਉਹਨਾਂ ਨੇ ਰਾਜ ਕੀਤਾ ਤਾਂ ਮਾਫੀਆ ਪੂਰੇ ਜ਼ੋਰ 'ਤੇ ਸੀ ਹੁਣ ਜਿਹੜੀ ਅੱਗੇ ਗੱਲ ਕੀਤੀ ਉਹਨਾਂ ਕਿ ਚੋਰ ਨੇ
ਤੇ ਉਹਨਾਂ ਨੂੰ ਕਿਹਾ ਕਿ ਜਿਹੜੇ ਬੰਦੇ ਇੱਦਾਂ ਇਲੀਗਲ ਕਰਦੇ ਨੇ ਇਹ ਕੰਮ ਤੁਸੀਂ ਫੜੇ ਕਿਉਂ ਨਹੀਂ ਜਾਂਦੇ? ਉਹ ਕਹਿੰਦੇ ਵੀ ਉਹ ਬੰਦੇ ਅੱਗੇ ਠੇਕੇ ਤੇ ਜਾਂ ਹੋਰ ਬੰਦੇ ਅੱਗੇ ਨਵੇਂ ਰੱਖ ਕੇ ਆਪ ਪਿੱਛੇ ਰਹਿੰਦੇ ਨੇ, ਉਹਨਾਂ ਬੰਦਿਆਂ ਨੂੰ ਤੋਰਦੇ, ਉਹ ਤਾਂ ਵਿਚਾਰੇ ਕਿਰਾਏ ਤੇ ਆਉਂਦੇ ਨੇ, ਗੱਡੀਆਂ ਲੈ ਕੇ ਆਉਂਦੇ ਨੇ, ਉਹਨਾਂ ਨੂੰ ਫੜ ਕੇ ਕੀ ਕਰਾਂਗੇ ਗਰੀਬਾਂ ਨੂੰ? ਐਂ ਥੋੜ੍ਹੀ ਹੁੰਦਾ ਹੁੰਦਾ, ਕੜੀ ਦਰ ਕੜੀ ਜੁੜਦੀ ਹੁੰਦੀ ਆ। ਮਤਲਬ ਐਂ ਲੋਕਾਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕੀਤੀ ਆ, ਉਲਝਾਉਣ ਦੀ ਕੋਸ਼ਿਸ਼ ਕੀਤੀ ਆ ਆਪਣੇ ਜਵਾਬ ਨਾਲ, ਗੱਲ ਇਹ ਥੋੜ੍ਹੀ ਹੁੰਦੀ ਵੀ ਫੜਨਾ ਬੰਦਾ ਕੋਈ ਹੁਣ ਇਹਦਾ। ਫਿਰ ਨਸ਼ੇ ਵਾਲਿਆਂ ਨੂੰ ਕਿਉਂ ਫੜਦੇ ਹੋ? ਉਹਨਾਂ ਨੂੰ ਕਿਹੜਾ ਤੁਸੀਂ ਬਹੁਤ ਵੱਡਾ ਡਰੱਗ ਡੀਲਰ ਫੜ ਕੇ ਅੰਦਰ ਕਰਤਾ, ਜਿਹੜਾ ਬਈ ਹਾਂ ਸਰਗਣਾ ਸੀਗਾ ਮੁੱਖ, ਇਹ ਇੱਥੋਂ ਹੀ ਸਪਲਾਈ ਹੁੰਦਾ ਸੀ, ਕਿਹੜਾ ਫੜੇਗਾ? ਉਹੀ ਗ੍ਰਾਮ ਗ੍ਰਾਮ, ਦੋ ਦੋ ਗ੍ਰਾਮ, ਦਸ ਦਸ ਗ੍ਰਾਮ ਵਾਲੇ ਫੜੇ ਆ, ਜਾਂ ਫਿਰ ਇਕੱਲੀ ਹੈਰੋਇਨ ਫੜੀ ਜਾਂਦੀ ਹੈ। ਕਿਹੜੇ ਬੰਦੇ ਏਡੇ ਫੜ ਕੇ ਅੰਦਰ ਕਰਦੇ ਤੁਸੀਂ? ਕਿਹਨਾਂ ਨੂੰ ਨੱਥ ਪਾਈ ਆ? ਤੇ ਜੇ ਆਪਾਂ ਗੱਲ ਕਰੀਏ ਨਸ਼ੇ ਦੀ, ਕਿੱਡੇ ਕਿੱਡੇ ਬੰਦੇ ਦੇ ਨਾਂ ਜੁੜੇ ਸੀਗੇ, ਕਿੱਥੇ ਨੇ? ਉੱਥੇ ਹੀ ਫੜਦੇ ਨੇ ਭੱਜੇ, ਉਹਨਾਂ ਨੂੰ ਕੀ ਹੋਇਆ? ਉਹਨਾਂ ਨੂੰ ਕੋਈ ਹੱਥ ਨਹੀਂ ਪਈ, ਕੋਈ ਜਾਂਚ ਨਹੀਂ, ਕੋਈ ਕੁਛ ਨਹੀਂ। ਇਹ ਸਭ ਇਹਨਾਂ ਨੇ ਐਂ ਕਹਿ ਲਓ ਕਿ ਇੱਕ ਆਪਣੇ ਆਪ ਨੂੰ ਬਚਾ ਦੇ ਲਈ ਆ ਗੱਲ ਛੱਡੀ ਆ। ਚੋਰ ਨੇ ਕਹਿੰਦੇ, ਚੋਰੀ ਹੋ ਜਾਂਦੀ ਹੈ, ਚੋਰ ਤੁਹਾਡੇ ਘਰ 'ਚ ਚੋਰੀ ਹੋ ਜੇ ਤੇ ਤੁਸੀਂ ਚੁੱਪ ਕਰਕੇ ਬਹਿ ਜਾਓਗੇ? ਤੁਸੀਂ ਚੋਰ ਨੂੰ ਫੜੋਗੇ ਨਹੀਂ? ਕੀ ਜਿੱਥੇ ਮਾਈਨਿੰਗ ਹੁੰਦੀ ਆ, ਜਿੱਥੇ ਚੋਰੀ ਹੁੰਦੀ ਹੈ, ਉੱਥੇ ਪੁਲਿਸ ਡਿਪਾਰਟਮੈਂਟ ਹੈ ਨਹੀਂ ਉਸ ਏਰੀਏ 'ਚ, ਜਿੱਥੋਂ ਟਰੱਕ ਲੰਘਦੇ ਨੇ ਚੋਰੀ ਕਰਕੇ, ਉੱਥੇ ਉੱਥੇ ਨਹੀਂ ਪੁਲਿਸ, ਉੱਥੇ ਸਿਸਟਮ ਹੈ ਨਹੀਂ? ਅਤੇ ਪ੍ਰਸ਼ਾਸਨ ਕਿੱਥੇ ਗਿਆ ਉੱਥੇ ਤੱਕ? ਉੱਥੇ ਉੱਥੇ MLA ਨਹੀਂ, ਉੱਥੇ MP ਨਹੀਂ, ਉੱਥੋਂ ਦਾ ਤੁਹਾਡੀ ਸਰਕਾਰ ਨਹੀਂ, ਕੀ ਨਹੀਂ ਹੈਗਾ? ਚੋਰ ਨੂੰ ਫੜੂਗਾ ਕੌਣ? ਕਿਹਦੀ ਜ਼ਿੰਮੇਵਾਰੀ ਹੈ? ਅਤੇ ਜੇ ਆਪਾਂ ਗੱਲ ਕਰਦੇ ਹਾਂ ਕਿ ਜਿੱਦਾਂ ਫਰੀ ਦੀ ਗੱਲ ਕੀਤੀ ਆ ਵੀ ਫਰੀ ਹੋ ਜਾਣਾ ਚਾਹੀਦਾ, ਉਹ ਵੀ ਗੱਲ ਕਹਿੰਦੇ ਕਹਿੰਦੇ ਕਿ ਉਹ ਜਿਹੜੀਆਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈ ਉਹਦੀਆਂ ਸ਼ਰਤਾਂ ਬੜੀਆਂ ਨੇ, ਉਹਦੇ ਤਹਿਤ ਚੱਲਣਾ ਪੈਂਦਾ। ਉਹਦੇ ਨਾਲ ਇਹ ਵੀ ਹੈਗਾ ਕਿ ਉਹ ਉਹਨਾਂ ਨੇ ਕਿਹਾ ਮੈਨੂਅਲੀ ਪਟਾਈ ਹੋਣੀ ਚਾਹੀਦੀ ਹੈ, ਉਹ ਕਿਵੇਂ ਪੂਰਤੀ ਹੋਊਗੀ, ਕਿਉਂ ਨਹੀਂ ਹੁੰਦੀ ਪੂਰਤੀ? ਗੱਲਾਂ ਨੇ ਦੇਖੋ ਕਿੱਦਾਂ ਦੀਆਂ ਗੱਲਾਂ ਨੇ। ਲੋਕ ਰੁਜ਼ਗਾਰ ਮੰਗਦੇ ਨੇ, ਉੱਥੇ ਰੁਜ਼ਗਾਰ ਪੈਦਾ ਹੁੰਦਾ। ਮਸ਼ੀਨ ਨੇ ਇੱਕ ਨੇ 10-15 ਬੰਦਿਆਂ ਦਾ ਕੰਮ ਕਰ ਦੇਣਾ, 20 ਬੰਦਿਆਂ ਦਾ ਕੰਮ ਕਰ ਦੇਣਾ, ਕਿੱਥੇ 20 ਬੰਦਿਆਂ ਨੂੰ ਉੱਥੇ ਰੁਜ਼ਗਾਰ ਮਿਲਦਾ? 20 ਨਹੀਂ, 25 ਲਾ ਦਿਓ, 30 ਲਾ ਦਿਓ, ਇੱਕ ਇੱਕ ਟਿੱਪਰ ਪਿੱਛੇ ਜੇ ਦਾਣੇ ਤੁਸੀਂ ਗੱਲ ਕਰਦੇ ਹੋ, ਜਿੱਦਾਂ ਦਾ ਹੈਗਾ ਉੱਥੇ ਵੱਧ ਬੰਦੇ ਲਾ ਦਿਓ, ਰੁਜ਼ਗਾਰ ਮਿਲੂਗਾ ਉਹਨਾਂ ਨੂੰ। ਫਿਰ ਕਹਿੰਦੇ ਜੀ ਰੇਟ ਵੱਧ ਜੂਗਾ, ਰੇਟ ਕਿਤੇ ਤੋਂ 25,000 ਦਾ ਜੇ ਰੇਟ ਹੈ, ਤਾਂ ਜੇ ਆਪਾਂ ਗੱਲ ਕਰੀਏ ਇਹਨੂੰ ਮਹਿੰਗਾ ਕਰਕੇ, ਰੇਟ ਜਿਹੜਾ ਸਿੱਧੂ ਨੇ ਪਾਲਿਸੀ ਦਿੱਤੀ ਹੈ ਕਿ 3,000 ਕਰੋੜ ਜਾਂ ਜਿੰਨੇ ਵੀ ਕਮਾਇਆ ਜਾਂਦਾ ਮਾਈਨਿੰਗ ਤੋਂ, ਤਾਂ ਕਹਿੰਦੇ ਜੇ ਆਪਾਂ ਉਹਦੇ ਵਿੱਚ 4-5 ਰੁਪਏ ਮਾਰਜਨ ਹੈਗਾ, ਤਾਂ ਜੇ ਅਸੀਂ ਮਾਰਜਨ ਵਧਾਵਾਂਗੇ 25,000 ਦਾ ਜਿਹੜਾ ਟਰੱਕ ਹੈ ਉਹ 60,000 ਦਾ ਆਊਗਾ, ਲੋਕਾਂ ਦੇ ਉੱਤੇ ਭਾਰ ਪਊਗਾ। ਤੁਸੀਂ ਤੁਸੀਂ ਮਾਰਜਨ ਵਧਾਉਣਾ ਕਿਉਂ ਹੈ? ਤੁਸੀਂ ਜਿਹੜੀ ਬੋਲੀ ਹੈ ਉਹਨੂੰ ਤੈਅ ਕਰੋ ਰੇਟ, ਇਸ ਰੇਟ ਤੋਂ ਵੱਧ ਜਾਏਗਾ ਹੀ ਨਹੀਂ। ਜਿਵੇਂ ਤੁਸੀਂ ਆਪਣਾ ਮਾਰਜਨ ਫਿਕਸ ਕਰੇ ਆ, ਤਾਂ ਅੱਗੇ ਵੀ ਮਾਰਜਨ ਫਿਕਸ ਕਰੋ ਤੁਸੀਂ। ਤੇ ਜੇ ਆਮ ਕਹਿੰਦੇ ਫਰੀ ਕਰ ਦਿੰਦੇ ਆ, ਆਮ ਲੋਕ ਆ ਕੇ ਕੰਢਿਆਂ ਤੋਂ ਪੱਟ ਲੈ, ਪੁਲਾਂ ਦੇ ਨੇੜੇ ਤੋਂ ਪੱਟ ਲੈ ਜਾਣਗੇ ਜਦੋਂ ਹੜ੍ਹ ਆਉਂਦੇ ਆ, ਪੁਰਾਣਾ ਹੁੰਦਾ, ਪਹਿਲਾਂ ਵੀ ਇਹੀ ਕੁਛ ਹੁੰਦਾ ਸੀਗਾ, ਅੱਜ ਕੋਈ ਜ਼ਰੂਰੀ ਨਹੀਂ ਹੋਊਗਾ, ਇਹ ਪਹਿਲਾਂ ਵੀ ਇੱਦਾਂ ਹੁੰਦਾ ਸੀਗਾ। ਤੁਹਾਡੇ ਕੋਲ ਪ੍ਰਸ਼ਾਸਨ ਰਾਖੀ ਵਾਸਤੇ ਹੀ ਆ, ਪੁਲਿਸ ਵੀ ਰਾਖੀ ਵਾਸਤੇ ਹੀ ਆ, ਸੁਰੱਖਿਆ ਵਾਸਤੇ ਹੀ ਆ। ਜੇ ਏਰੀਆ ਵੰਡ ਦਿਆ ਜਾਊਗਾ, ਉੱਥੇ ਕਿਵੇਂ ਮਾਈਨਿੰਗ ਹੋਜੂਗੀ? ਵੀ ਇਸ ਏਰੀਏ ਦੇ ਵਿੱਚ ਮਾਈਨਿੰਗ ਨਹੀਂ ਕਰ ਸਕਦਾ ਕੋਈ, ਉੱਥੇ ਕਿਵੇਂ ਮਾਈਨਿੰਗ ਹੋਜੂਗੀ? ਉੱਥੇ ਪੁਲਿਸ ਪ੍ਰਸ਼ਾਸਨ ਕੀ ਕਰੂਗਾ? ਫਿਰ ਉੱਥੇ ਕੀ ਕਰਦਾ ਫਿਰ ਪੁਲਿਸ ਪ੍ਰਸ਼ਾਸਨ? ਲਾਓ ਉੱਥੇ। ਮਤਲਬ ਕਹਿਣ ਦਾ ਭਾਵ ਇਹ, ਜੋ ਗੱਲਾਂ ਕਰ ਸਕਦੇ ਨੇ ਉਹਨਾਂ ਤੋਂ ਗੋਲ ਮੋਲ ਜਵਾਬ ਦੇ ਕੇ ਆਪਣੀ ਸਰਕਾਰ ਦਾ ਪੱਲਾ ਝਾੜਨਾ ਹੈ, ਉਹਨਾਂ ਨੇ ਝਾੜਿਆ ਆ। ਸਾਰਾ ਕੁਛ ਕੰਟਰੋਲ 'ਚ ਹੁੰਦਾ, ਬਾਹਰਲੇ ਦੇਸ਼ਾਂ 'ਚ ਕਿਹੜਾ ਕੰਟਰੋਲ 'ਚ ਨਹੀਂ ਹੁੰਦਾ? ਜਾਂ ਉੱਥੋਂ ਦੇ ਲੋਕ ਸਿਆਣੇ ਨੇ, ਸਾਡੇ ਲੋਕ ਬੁੱਧੂ ਨੇ? ਨਹੀਂ, ਉੱਥੇ ਸਿਸਟਮ ਤਕੜਾ, ਉੱਥੇ ਕਰਪਸ਼ਨ ਨਹੀਂ ਹੈਗੀ। ਆ ਜਿਹੜਾ ਕਮਿਸ਼ਨ ਤੁਸੀਂ ਕਹਿੰਦੇ ਹੋ ਕਿ ਅਕਾਲੀਆਂ ਦੇ ਗਿਆ, ਕਾਂਗਰਸੀਆਂ ਦੇ, ਤਾਂ ਤੁਹਾਡੇ ਕਾਂਗਰਸੀ ਦੋਸ਼ ਲਾ ਰਹੇ ਨੇ ਕਿ ਕਾਂਗਰਸੀਆਂ ਦੇ ਜਾਂਦਾ। ਜਿਹੜੇ ਏਰੀਆ ਦੇ ਵਿੱਚ ਤੁਸੀਂ ਕਹਿ ਰਹੇ ਸਾਡੀ ਹੈ ਹੀ ਨਹੀਂ ਉੱਥੇ ਮਾਈਨਿੰਗ, ਉੱਥੇ ਕਿਵੇਂ ਹੋ ਰਹੀ ਹੈ? ਉਹ ਜਿਹੜੀਆਂ ਖੱਡਾਂ ਅਕਾਲੀ ਦਲ ਨੇ ਪੱਟੀਆਂ, ਕਹਿੰਦੇ ਉਹਨਾਂ 'ਤੇ ਜਾ ਕੇ ਤੁਸੀਂ ਉਹ ਸੁਖਬੀਰ ਖੜ ਗਏ ਆ, ਅਤੇ ਉਹੀ ਖੱਡਾ ਦਿਖਾਈ ਜਾ ਰਹੇ ਆ। ਅਤੇ ਗੱਲ ਇਹ ਹੈ ਕਿ ਸੁਖਬੀਰ ਨੇ ਜੋ ਕੀਤਾ ਠੀਕ ਹੈ, ਤੁਸੀਂ ਮਾਈਨਿੰਗ ਨੂੰ ਰੋਕਣ ਲਈ ਕੀ ਕਰਤਾ? ਕੀ ਤੁਸੀਂ ਸਾਰਾ ਕੁਛ ਸਸਤਾ ਕਰਤਾ? ਅੱਗੇ ਤੋਂ ਮਾਈਨਿੰਗ ਨਾ ਹੋਵੇ, ਕੀ ਇੱਦਾਂ ਦਾ ਮਾਫੀਆ ਨਾ ਪਣਪੇ, ਐਸਾ ਕਾਨੂੰਨ ਬਣਾਤਾ? ਵਿਧਾਨ ਸਭਾ ਦੇ ਵਿੱਚ ਲੈ ਆਏ ਕੋਈ ਇੱਦਾਂ ਦੀ ਮਦਦ ਕਿਹੜੀ ਹੈ? ਕੋਈ ਪਾਸ ਕੀਤਾ ਕੋਈ ਬਿੱਲ ਇੱਦਾਂ ਦਾ? ਨਹੀਂ, ਉਹ ਜੋ ਆਪਣਾ ਆਪਣੀ ਆਈ ਹੈ ਤਾਂ ਨਿਕਲ ਜਾਏਗੀ, ਅੱਗੇ ਆਏਗਾ ਤਾਂ ਦੇਖੀ ਜਾਏਗੀ, ਉਹ ਗੱਲ ਹੋ ਰਿਹਾ। ਤੋ ਮਾਈਨਿੰਗ ਨੂੰ ਕੰਟਰੋਲ ਕਰਨਾ ਕੋਈ ਔਖੀ ਗੱਲ ਨਹੀਂ ਹੈਗੀ, ਜਦੋਂ ਸਾਰਾ ਕੁਛ ਥੱਲੇ ਆ, ਸਰਕਾਰ ਇਹਨਾਂ ਦੇ ਬਹੁਤ ਇਹਨਾਂ ਕੋਲ ਹੈ, ਕੁਛ ਵੀ ਕਰ ਸਕਦੇ ਆ। ਇਹ ਮਾਫੀਏ ਨੇ ਸਾਰੇ ਪਣਪੇ ਹੋਏ ਨਿਕਲੇ ਰੇਤ ਦਾ ਕਿਉਂ? ਬਾਕੀ ਮਾਫੀਆਂ ਦੇ ਉੱਤੇ ਕਿਹੜਾ ਨੱਥ ਪੈਗੀ? ਬਥੇਰੇ ਮਾਫੀਏ ਤੁਰੇ ਫਿਰਦੇ ਨੇ ਅੱਜ ਉਵੇਂ ਹੀ ਨੇ, ਤੇ ਸਿੱਧੂ ਨੇ 25-75 ਦਾ ਰੌਲਾ ਪਾਇਆ ਸੀਗਾ, ਉਹ ਅੱਜ ਵੀ ਰੌਲਾ ਹੈ, ਸਾਬਤ ਕਰ ਨਹੀਂ ਸਕਦਾ ਕੋਈ।
नहीं है जा है जा नहीं है जा कोई गलत बोल रहा इदा वो चीजा सुखविंदर जी सारा कुछ है। गल इन्नी कह के पहला शरेआम सी धक्का सी इदा इदा कर लो हूँ थोड़ा जा ऐ बचा बचा के कर लो भाई पटियाले जे माफिया नहीं है माइनिंग माफिया ते सरकार की किन्ने कु फड़ के अंत करता एम एल ए ते क्यों नहीं कार्रवाई हुई किसी नजायज फैक्ट्रिया शराब दियाँ नकली शराब दियाँ फैक्ट्रिया फड़िया गई केड़े ते केड़े एम एल ए जिम्मेवारी तय होनी चाहिए है कि ये मालक एम एल ए है इनू फड़ा जाए नथ तो उत्थों पवेगी कोई भ्रिष्टाचार का मामला आता कोई माफियापन पता कोई नजायज काम होंगे कोई शराब पी के मरते हैं ज नकली शराब फड़ी जाती है जदा के माफिया पनपते हैं सारे देते कंट्रोल एम एल ए बैठा है उस एरिए एम पी बैठा है उन्होंने उत्ते कार्रवाई होनी चाहिए वो की कर रहे हैं उन्होंने ड्यूटी की उतो सारा कुछ कंट्रोल हो जाएगा करने वाला चाहिए जी। बिल्कुल कुछ होया होर नशा तस्कर का मामला जो काफी सुर्खियां है नशा तस्कर गिरफ्तार किया गया परिवार दियां फोटो ढड्डरियां वाले नाल वायरल हो रही है लेके सोशल मीडिया से भी काफी चर्चा हो गई सारे किदां देख लो ये बारे ढड्डरियां वाले भी जो सफाई देने लई सामने आना पिया उन्होंने अपने सोशल मीडिया के उत्ते एक वीडियो भी अपलोड की। सुखविंदर जी जिहड़ी गल तुसीं पहलां इह कीती है कि कोट कपूरा कांड जिहड़ा है उहदे ते अज सिट ने बुलाया है ते उह बतौर गवाह दे ते उहनां तों सवाल जवाब होने ने पटियाला दे विच सर्किट हाउस दे विच उह आए हुए आ उत्थे ते पुछ गिछ हो रही होगी पुलिस ऑफिसर ने जिहड़े जिहड़े सिट दे मैंबर ने उह पुछ गिछ कर रहे होणगे क्योंकि सिट दी सारी कार्रवाई जिहड़ी हैगी गुप्त है इस करके उहदे बारे कोई कुछ कहना आपां नूं आपां ऐ कहांगे क्या सराई है कल नूं कोई गल सिट्टा होर निकल सकदा उहदा ते उह आपां जदों उस गल दी ਸਾਡੇ ਕੋਲ ਕੋਈ ਪੁਸ਼ਟੀ ਨਹੀਂ ਹੈ ਕਿੱਦਾਂ ਦੀ ਗੱਲ ਹੋਈ ਜਾਂ ਕੀ ਹੋਈ ਜਦੋਂ ਅੰਟਿਲ ਅਨਲੈਸ ਜਦੋਂ ਤੱਕ ਉਹ ਬਾਹਰ ਆ ਕੇ ਕੋਈ ਗੱਲ ਸਾਂਝੀ ਨਹੀਂ ਕਰਦਾ ਕੋਈ ਜਾਂ ਕੋਈ ਉਹਦੇ ਬਾਰੇ ਦੱਸਦਾ ਨਹੀਂ ਕਿੱਦਾਂ ਦੇ ਸਵਾਲ ਹੋਏ ਜਾਂ ਕੀ ਜਵਾਬ ਹੋਏ ਜਾਂ ਕੀ ਬੋਲਿਆ ਗਿਆ ਕੀ ਕਿਹਾ ਗਿਆ ਤਾਂ ਉਹ ਤਾਂ ਇੱਕ ਬਤੌਰ ਗਵਾਹ ਜਿਵੇਂ ਪਹਿਲਾਂ ਕੁਛ ਦਿਨ ਪਹਿਲਾਂ ਭਾਈ ਪੰਥਪ੍ਰੀਤ ਸਿੰਘ ਹੋਰਾਂ ਨੂੰ ਵੀ ਬੁਲਾਇਆ ਗਿਆ ਸੀ ਉਹਨਾਂ ਨੇ ਵੀ ਵੱਖ ਵੱਖ ਹੋਰਾਂ ਨੂੰ ਵੀ ਸੱਦਾ ਦਿੱਤਾ ਗਿਆ ਵਿਧਾਨ ਸਭਾ ਦੇ ਵਿੱਚ ਵੀ ਸਿੱਟ ਵੱਲੋਂ ਇੱਕ ਉਹ ਕਹਿ ਲਓ ਪੱਤਰ ਦਿੱਤਾ ਗਿਆ ਸਪੀਕਰ ਨੂੰ ਕਿ ਜਿਹੜੇ ਜਿਹੜੇ ਤੁਸੀਂ ਮੇਲ ਕਰੋ ਸਾਰੇ ਵਿਧਾਇਕਾਂ ਨੂੰ ਜਿਹਨਾਂ ਜਿਹਨਾਂ ਕੋਲ ਕੋਈ ਇਨਫੋਰਮੇਸ਼ਨ ਹੈਗੀ ਹੈ ਉਹ ਸਾਡੇ ਨਾਲ ਸਾਂਝੀ ਕਰਨ ਤੇ ਉਹ ਸਾਰਾ ਕੁਝ ਮਤਲਬ ਕਹਿ ਲਓ ਕਿ ਇਹਨੂੰ ਕਿਸੇ ਨਾ ਕਿਸੇ ਜਿਹੜੀ ਜਾਂਚ ਹੈ ਉਹਨੂੰ ਅੱਗੇ ਵਧਾਉਣ ਵਾਸਤੇ ਜਿਹੜੇ ਜਿਹੜੇ ਬੰਦੇ ਉਹਨਾਂ ਨੂੰ ਲੋੜੀਂਦੇ ਸੀਗੇ ਜਾਂ ਜਿਹਨਾਂ ਤੋਂ ਕੁਛ ਪਤਾ ਚੱਲ ਸਕਦਾ ਹੈ ਜਾਂ ਕੋਈ ਕਲੂ ਨਿਕਲਦੀ ਆਸ ਹੁੰਦੀ ਹੈ ਕਿ ਇੱਧਰੋਂ ਕੋਈ ਸਬੂਤ ਮਿਲ ਜਾਏ ਜਾਂ ਪਤਾ ਲੱਗ ਜਾਏ ਕਿ ਇਹ ਗੱਲ ਸੱਚ ਹੈ ਜਾਂ ਨਹੀਂ ਹੈ ਉਹਨਾਂ ਨੂੰ ਬੁਲਾਇਆ ਜਾ ਰਿਹਾ ਤੇ ਉਹਨਾਂ ਤੋਂ ਪੁੱਛੇ ਕਿਤੇ ਹੋ ਰਹੀ ਹੈ ਤਾਂ ਵਾਜਬ ਤਾਂ ਇਹੀ ਹੈ ਕਿ ਬੰਦਾ ਆਪ ਜਾ ਕੇ ਗੱਲ ਕਰੇ ਕਿ ਹਾਂ ਇੱਦਾਂ ਦੀ ਗੱਲ ਹੋਈ ਆ ਆਪ ਸਹੀ ਜਵਾਬ ਦੇਵੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਮਸਲਾ ਹੈਗਾ ਕਿਸੇ ਬੰਦੇ ਦਾ ਨਹੀਂ ਹੈਗਾ ਆਪ ਹੀ ਅੱਗੇ ਆ ਕੇ ਗੱਲ ਕਰਨੀ ਚਾਹੀਦੀ ਹੈ ਅੱਜ ਜੇ ਢੱਡਰੀਆਂ ਵਾਲਾ ਉੱਥੇ ਗਏ ਨੇ ਤਾਂ ਮੇਰੇ ਖਿਆਲ ਵਧੀਆ ਗੱਲ ਹੈ ਉਹਨਾਂ ਨੂੰ ਅੱਗੇ ਆਉਣਾ ਵੀ ਚਾਹੀਦਾ ਸੀਗਾ ਪਹਿਲਾਂ ਤਾਂ ਆਸ ਸੀ ਸ਼ਾਇਦ ਨਹੀਂ ਆਉਣਗੇ ਤੇ ਲੇਕਿਨ ਆਏ ਆ ਤਾਂ ਵਧੀਆ ਗੱਲ ਹੈ ਸਾਰਿਆਂ ਨੂੰ ਆਉਣਾ ਚਾਹੀਦਾ ਇਹ ਆਮ ਆਮ ਅਸੀਂ ਲੋਕ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਆ ਜਿਸ ਕੋਲ ਵੀ ਕੋਈ ਜੋ ਹੈ ਜਵਾਬ ਹੈ ਸਵਾਲ ਹੈ ਸਿੱਟ ਅੱਗੇ ਰੱਖ ਸਕਦਾ ਜੀ। ਦੂਜੀ ਗੱਲ ਜਿਹੜਾ ਇਹਦੇ ਬਾਰੇ ਮੈਂ ਫਿਲਹਾਲ ਉਹਨਾਂ ਦਾ ਕੋਈ ਬਿਆਨ ਇੱਦਾਂ ਦਾ ਸੁਣਿਆ ਨਹੀਂ ਹੈਗਾ ਢੱਡਰੀਆਂ ਵਾਲਾ ਦਾ ਕੀ ਸਫਾਈ ਦਿੱਤੀ ਹੈ ਜਾਂ ਕੀ ਮਸਲਾ ਸੀਗਾ ਇਹ ਜ਼ਰੂਰ ਹੈ ਕਿ ਫੋਟੋਆਂ ਦੇਖੀਆਂ ਕਿ ਉਹਦੇ 'ਤੇ ਥੱਲੇ ਸੋਸ਼ਲ ਮੀਡੀਆ 'ਤੇ ਘੁੰਮਰੀਆਂ ਨੇ ਕਿ ਬੰਦਾ ਫੜਿਆ ਗਿਆ ਕੋਈ ਇਹਦੇ ਨਾਲ ਕੋਈ ਨਸ਼ਾ ਸਮਗਲਿੰਗ ਦਾ ਕੋਈ ਸੰਬੰਧ ਹੈਗਾ ਉਸ ਕਾਰਵਾਈ ਦਾ ਜਿਹੜਾ ਘਟਨਾਕ੍ਰਮ ਵਾਪਰਿਆ ਜਾਂ ਨਸ਼ਾ ਫੜਿਆ ਗਿਆ ਉਹਦਾ ਸੰਬੰਧ ਹੈ ਕੋਈ ਤਾਂ ਆਪਾਂ ਇਹ ਗੱਲ ਕਰ ਸਕਦੇ ਹਾਂ ਕਿ ਜੋ ਕੋਈ ਕੋਈ ਬੰਦਾ ਜਿਹੜਾ ਹੁੰਦਾ ਹੈ ਬਹੁਤ ਸਾਰੇ ਲੋਕ ਪੋਲੀਟੀਸ਼ਨਾਂ ਨਾਲ ਵੀ ਇਹੀ ਗੱਲ ਕਰਦੇ ਨੇ ਕਿ ਪੋਲੀਟੀਸ਼ਨ ਹੁੰਦੇ ਨੇ ਤਾਂ ਜੇ ਕੋਈ ਫੋਟੋ ਤਰਾ ਲੈਂਦਾ ਹੈ ਤਾਂ ਉਹਦਾ ਸੰਬੰਧ ਹੀ ਪੱਕੇ ਤੌਰ 'ਤੇ ਬਣ ਜਾਂਦਾ ਹੈ। ਇੰਨਾ ਕੋਈ ਵੱਡਾ ਬੇਵਕੂਫ਼ ਵੀ ਨਹੀਂ ਹੁੰਦਾ ਕਿ ਇਸ ਲੈਵਲ 'ਤੇ ਪਹੁੰਚ ਕੇ ਪਬਲਿਸਿਟੀ ਦੇ ਜਾਂ ਲੋਕਾਂ ਦੇ ਵਿੱਚ ਜਿਹਦੀ ਇੰਨੀ ਫੋਲੋਅਰਸ਼ਿਪ ਹੋਵੇ ਨਾ ਅਤੇ ਉਹ ਜਾਂ ਇੱਕ ਆਪਣੇ ਆਪ ਦਾ ਰੁਤਬਾ ਬਣ ਜਾਂਦਾ ਹੁੰਦਾ ਕਿ ਉਹ ਬੰਦੇ ਦੀ ਪਰਸਨੈਲਿਟੀ ਕਿੱਦਾਂ ਦੀ ਬਣ ਜਾਂਦੀ ਹੈ। ਮੇਰੇ ਖਿਆਲ ਕੋਈ ਆਮ ਸਮਝ ਵਾਲਾ ਬੰਦਾ ਵੀ ਉੱਥੇ ਜਾ ਕੇ ਆਪਣੇ ਲੈਵਲ ਦੀ ਗੱਲ ਕਰ ਸਕਦਾ ਹੁੰਦਾ ਉਹ ਇੱਦਾਂ ਦੀ ਗੱਲ ਨਹੀਂ ਕਰ ਸਕਦਾ ਹੁੰਦਾ ਕਿ ਜਿਸ ਨਾਲ ਉਹਦੀ ਪੂਰੀ ਜ਼ਿੰਦਗੀ ਦੀ ਕੋਈ ਕਮਾਈ ਜਿਹਦੇ ਨਾਲ ਰੈਪੂਟੇਸ਼ਨ ਬਣਾਈ ਹੋਵੇ ਜੀ ਜਦੋਂ ਕਿਉਂਕਿ ਜਿਹੜੇ ਧਾਰਮਿਕ ਆਪਾਂ ਕਹਿ ਲਓ ਕਿ ਐਕਸ ਵਾਲੇ ਬੰਦੇ ਹੁੰਦੇ ਨੇ ਜਿਹਨਾਂ ਦੀ ਦਿੱਖ ਜਾਂ ਵਿਚਾਰ ਧਾਰਮਿਕ ਧਰਮ ਨਾਲ ਜੁੜੇ ਹੁੰਦੇ ਨੇ ਧਾਰਮਿਕ ਭਾਵਨਾਵਾਂ ਨਾਲ ਜੁੜੇ ਹੁੰਦੇ ਜਾਂ ਧਰਮ ਦੇ ਪ੍ਰਚਾਰਕ ਕਹਾਉਣ ਵਾਲੇ ਬੰਦੇ ਹੁੰਦੇ ਨੇ ਉਹਨਾਂ ਦੇ ਲਈ ਖਾਸ ਕਰ ਢੱਡਰੀਆਂ ਵਾਲਾ ਜਿਹੜਾ ਬੰਦਾ
ਬਹੁਤ ਸੋਚ ਸਮਝ ਕੇ ਗੱਲ ਕਰਨ ਵਾਲਾ ਕਹਿ ਸਕਦੇ ਹਾਂ ਕਿ ਆਪਾਂ ਹਰ ਇੱਕ ਗੱਲ ਦਾ ਜਵਾਬ ਦੇਣ ਲਈ ਤਿਆਰ ਬੈਠਾ ਹੁੰਦਾ, ਉਹਨੂੰ ਇੱਦਾਂ ਦੇ ਬੰਦਿਆਂ ਨੂੰ ਨਾਲ ਲੈ ਕੇ ਇੱਦਾਂ ਦੇ ਕੰਮ ਕਰਾਉਣ ਦੇ ਵਿੱਚ ਇਨਵੋਲਵ ਕਰ ਲੈਣਾ, ਮੇਰੇ ਖਿਆਲ ਨਾਲ ਉਹ ਸਮਝਦਾਰ ਵਾਲੀ ਗੱਲ ਨਹੀਂ ਹੈਗੀ ਇਹ, ਕਿ ਉਹ ਬੰਦਾ ਇੱਦਾਂ ਦੇ ਬੰਦਿਆਂ ਨੂੰ ਸ਼ਹਿ ਦਿੰਦਾ ਹੋਊ ਕਿ ਇਹ ਬੰਦੇ ਇਹ ਕੰਮ ਕਰਨ, ਸਮਗਲਿੰਗ ਵਰਗਾ ਜਾਂ ਚਿੱਟੇ ਵਰਗੇ ਜਿਹਦੀ ਜਿਹੜੀ ਹੈਰੋਇਨ ਵਗੈਰਾ ਫੜੀ ਗਈ ਹੈ ਉਸ ਬੰਦੇ ਤੋਂ, ਵੀ ਉਹਨਾਂ ਬੰਦਿਆਂ ਨੂੰ ਸ਼ਹਿ ਦਿੰਦੇ ਹੋਣ। ਨੇੜਤਾ ਤਾਂ ਕਿਸੇ ਨਾਲ ਵੀ ਹੋ ਸਕਦੀ ਹੈ, ਕਿਸੇ ਦੇ ਕਰਮ ਬਾਰੇ ਤਾਂ ਕੋਈ ਪਤਾ ਨਹੀਂ ਨਾ ਹੁੰਦਾ, ਕੰਮ ਕੋਈ ਕਿੱਦਾਂ ਦਾ ਕਰਦਾ ਅੰਦਰ ਅੰਦਰ ਵੜ ਕੇ। ਕਈ ਬੰਦੇ ਬਹੁਤ ਸਾਰੇ ਬੰਦੇ ਹੁੰਦੇ ਨੇ ਜਿਹੜੇ ਆਪਣੇ ਇੱਕ ਕਹਿ ਲੈ ਉਹ ਕਹਿ ਸ਼ਾਖ ਕੁਛ ਹੋਰ ਰੱਖਦੇ ਨੇ ਸਮਾਜ ਦੇ ਵਿੱਚ, ਆਪਣਾ ਚਿਹਰਾ ਦੋਗਲਾ ਚਿਹਰਾ ਉਹਨਾਂ ਦਾ ਹੁੰਦਾ ਤੇ ਕੰਮ ਉਹਨਾਂ ਦਾ ਕੋਈ ਬਹੁਤਾ ਚੰਗਾ ਨਹੀਂ ਹੁੰਦਾ। ਆਮ ਸਾਡੇ ਜੀਵਨ ਦੇ ਵਿੱਚ ਇੱਦਾਂ ਦੇ ਬੰਦੇ ਅਸੀਂ ਜਾਣਦੇ ਹੀ ਹੁੰਦੇ ਹਾਂ, ਜਿਹਨਾਂ ਆਪਾਂ ਕਹਿ ਦਿੰਦੇ ਕਿ ਇਸ ਬੰਦੇ ਨੂੰ ਤਾਂ ਇਹ ਆਸ ਹੀ ਨਹੀਂ ਸੀ, ਬਟ ਉਹ ਸਾਡੇ ਨਾਲ ਵਿਚਰ ਰਿਹਾ ਹੁੰਦਾ। ਇਹ ਆਪਾਂ ਕਹਿ ਸਕਦੇ ਕਿ ਜਿਹੜੇ ਪੋਲੀਟੀਸ਼ੀਅਨ ਹੁੰਦੇ ਨੇ ਕਿਤੇ ਨਾ ਕਿਤੇ ਉਹਨਾਂ ਦਾ ਲਾਹਾ ਜੁੜਿਆ ਹੁੰਦਾ, ਕਿਉਂਕਿ ਉਹਨਾਂ ਨੇ ਤਾਂ ਕੰਮ ਲੈਣੇ ਹੁੰਦੇ ਨੇ ਇਸ ਤਰ੍ਹਾਂ ਦੇ, ਪੈਸਾ ਵੀ ਚਾਹੀਦਾ ਹੁੰਦਾ ਉਹਨੂੰ, ਬੰਦੇ ਵੀ ਚਾਹੀਦੇ ਹੁੰਦੇ ਨੇ, ਡਰਾਉਣ ਧਮਕਾਉਣ ਵਾਲੇ ਵੀ ਬੰਦੇ, ਉਹਨਾਂ ਦਾ ਪਰਪਜ਼ ਅਲੱਗ ਹੁੰਦਾ ਸਿਕੰਦਰ ਜੀ। ਉਹ ਪਰਪਜ਼ ਨਾਲ ਇਹ ਬੰਦਿਆਂ ਦਾ ਜੁੜਨਾ ਬਹੁਤ ਮਾਇਨੇ ਰੱਖਦਾ। ਇਹਨਾਂ ਇੱਦਾਂ ਦੇ ਬੰਦੇ ਜਿਹੜੇ ਧਾਰਮਿਕ ਬਿਰਤੀ ਵਾਲੇ ਬੰਦੇ ਕਹਾਉਂਦੇ ਨੇ ਸਮਾਜ ਦੇ ਵਿੱਚ ਵਿਚਰ ਰਹੇ ਹੁੰਦੇ ਨੇ ਲੈ ਕੇ, ਉਹਨਾਂ ਦਾ ਪਰਪਜ਼ ਅਲੱਗ ਹੁੰਦਾ। ਉਹ ਚੀਜ਼ਾਂ ਨੂੰ ਆਪਾਂ ਇਸ ਚੀਜ਼ ਨਾਲ ਜੋੜਨਾ, ਮੈਂ ਮੇਰਾ ਨਿੱਜੀ ਇਹ ਕਹਿ ਲਓ ਵੀ ਮੇਰੀ ਨਿੱਜੀ ਰਾਏ ਕਿ ਇੱਦਾਂ ਦੀ ਸੋਚ ਵਾਲੇ ਬੰਦੇ ਨੂੰ ਇੱਦਾਂ ਦੇ ਦੂਜੇ ਪਾਸੇ ਜਿਹੜੇ ਚੰਗੇ ਕੰਮ ਕਰਨ ਵਾਲੇ ਬੰਦੇ ਹੁੰਦੇ ਨੇ ਉਹਦੇ ਉਹਦੇ ਨਾਲ ਜੋੜ ਕੇ ਉਸ ਬੰਦੇ ਦਾ ਅਕਸ ਖਰਾਬ ਕਰਨਾ, ਉਹ ਮੇਰੇ ਖਿਆਲ ਮਾੜੀ ਗੱਲ ਹੈ। ਉਹ ਇੱਦਾਂ ਦੀ ਨਹੀਂ ਹੋ ਸਕਦੀ ਗੱਲ ਕਿ ਕੋਈ ਵੀ ਬੰਦਾ, ਖਾਸ ਕਰ ਜਿਹੜੇ ਪੰਜਾਬ ਦੇ ਵਿੱਚ ਨੌਜਵਾਨੀ ਨੂੰ ਖਤਮ ਕਰ ਰਹੀ ਹੋਵੇ ਚੀਜ਼, ਜਿਹਦੇ ਨਾਲ ਮਾਵਾਂ ਦੇ ਪੁੱਤ ਭੈਣਾਂ ਦੇ ਭਰਾ ਕਈਆਂ ਦੇ ਪਤੀ ਐ ਜਹਾਨੋਂ ਤੁਰ ਗਏ ਹੋਣ, ਘਰ ਸੁੰਨੇ ਹੋ ਗਏ ਹੋਣ, ਇੱਦਾਂ ਦੇ ਕੰਮ ਕਰਨ ਵਾਲੇ ਨੂੰ ਸ਼ਹਿ ਦੇਣਾ ਮੇਰੇ ਖਿਆਲ ਨਾਲੇ ਉਹਨਾਂ ਦਾ ਕੰਮ ਨਹੀਂ ਹੋ ਸਕਦਾ ਜਿਹੜੇ ਧਰਮ ਦੇ ਪ੍ਰਚਾਰਕ ਬਣੇ ਹੁੰਦੇ ਨੇ ਜਾਂ ਧਰਮ ਦੀ ਗੱਲ ਕਰਨ ਵਾਲੇ ਹੁੰਦੇ ਨੇ, ਜਿਹਨਾਂ ਦਾ ਸਟੇਟਸ ਕਹਿ ਲਓ ਜਾਂ ਰੈਪੂਟੇਸ਼ਨ ਕਹਿ ਲਓ ਇਹ ਧਰਮ ਦੀਆਂ ਗੱਲਾਂ ਦੇ ਨਾਲ ਵਿਚਾਰਨ ਦੇ ਨਾਲ ਉੱਚਾ ਹੋਇਆ ਹੁੰਦਾ। ਬਿਲਕੁਲ ਬਿਲਕੁਲ। ਆਰਐਸਐਸ ਦੇ ਮੁਖੀ ਮੋਹਨ ਭਾਗਵਤ ਉਹਨਾਂ ਦੀ ਖਬਰ ਵੀ ਚਰਚਾ ਚ ਹੈ, ਉਹ ਕਹਿੰਦੇ ਕਿ ਭਾਰਤ ਦੇ ਵਿੱਚ ਇਸਲਾਮ ਨੂੰ ਕੋਈ ਖਤਰਾ ਨਹੀਂ, ਡੀਐਨਏ ਨੂੰ ਲੈ ਕੇ ਵੀ ਉਹਨਾਂ ਨੇ ਬਿਆਨ ਦਿੱਤਾ। ਇਹਨੂੰ ਕਿੱਦਾਂ ਦੇਖਦੇ ਹੋ ਕਿ ਪਿਛਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਆਪਾਂ ਦੇਖਿਆ ਕਿ ਮੁਸਲਮਾਨਾਂ ਦੇ ਵਿਚਾਲੇ ਜਾਂ ਬੀਜੇਪੀ ਦੇ ਆਗੂਆਂ ਦੇ ਵਿਚਾਲੇ ਜਾਂ ਬੀਜੇਪੀ ਦੇ ਵਰਕਰਾਂ ਵਿਚਾਲੇ ਜਾਂ ਹਿੰਦੂ ਤਵੀ ਲੀਡਰਾਂ ਦੇ ਵਿਚਾਲੇ ਜਿਹੋ ਜਿਹੀ ਨੋਕ ਝੋਕ ਲਾ ਲਓ ਜਾਂ ਫਿਰ ਜਿਹੋ ਜਿਹੇ ਹਾਲਾਤ ਸਾਹਮਣੇ ਆਉਂਦੇ ਰਹੇ ਜੋ ਕੁਛ ਸੀਏ ਨੂੰ ਲੈ ਕੇ ਜਾਂ ਐਨਆਰਸੀ ਨੂੰ ਲੈ ਕੇ ਦਿੱਲੀ ਦੇ ਵਿੱਚ ਹੋਇਆ, ਬੜਾ ਕੁਝ ਇਹੋ ਜਿਹਾ ਜਿਹੜਾ ਬੀਜੇਪੀ ਦੇ ਰਾਜ ਦੇ ਵਿੱਚ ਹੋਇਆ, ਪਰ ਹੁਣ ਮੋਹਨ ਭਾਗਵਤ ਉਹਨਾਂ ਦਾ ਇਸ ਤਰ੍ਹਾਂ ਕਹਿਣਾ, ਉਹ ਵੀ ਮੁਸਲਿਮ ਮੰਚ ਤੇ ਜਾ ਕੇ, ਇਹਨੂੰ ਕਿੱਦਾਂ ਦੇਖਦੇ ਹੋ? ਕਿਸ ਤਰ੍ਹਾਂ ਦਾ ਅਸਰ ਹੁਣ ਇੱਕ ਸਿਆਸਤ ਦੇ ਉੱਤੇ ਨਜ਼ਰ ਆਏਗਾ ਜਿਹੜੀ ਭਾਰਤ ਦੇ ਵਿੱਚ ਇੱਕ ਏਜੰਡੇ ਤਹਿਤ ਚੱਲ ਰਹੀ ਹੈ? ਦੇਖੋ ਬਿਆਨਬਾਜ਼ੀ ਜਿਹੜੀ ਏਦਾਂ ਦੀ ਹੁੰਦੀ ਆ ਉਹ ਸਟੇਜ ਦੇਖ ਕੇ ਹੋ ਜਾਂਦੀ ਹੁੰਦੀ ਆ ਸਿਕੰਦਰ ਜੀ। ਜਿਹੜੇ ਲੋਕ ਪੋਲੀਟੀਸ਼ੀਅਨ ਹੁੰਦੇ ਨੇ ਸਿਆਸੀ ਹੁੰਦੇ ਨੇ ਉਹਨਾਂ ਦਾ ਨਜ਼ਰੀਆ ਹੀ ਹੁੰਦਾ, ਜਿਵੇਂ ਨਰਿੰਦਰ ਮੋਦੀ ਨੇ ਵੀ ਮੈਂ ਪਹਿਲਾਂ ਵੀ ਇੱਕ ਵਾਰ ਗੱਲ ਕੀਤੀ ਸੀ ਕਿ ਜਿੱਦਾਂ ਦੀ ਸਟੇਜ ਦੇਖੀ ਉੱਦਾਂ ਦੇ ਬਣ ਕੇ ਉੱਦਾਂ ਦਾ ਭੇਸ ਬਣਾ ਲਿਆ, ਉੱਦਾਂ ਦੀ ਗੱਲ ਕਰ ਲਈ, ਕਿਤੇ ਟੋਪੀ ਪਾ ਲਈ, ਕਿਤੇ ਪੱਗ ਬੰਨ ਲਈ, ਕਿਤੇ ਉਹ ਗਲ 'ਚ ਪੱਲਾ ਪਾ ਲਿਆ, ਕੁਛ ਇੱਦਾਂ ਦਾ ਸਾਰਾ ਕੁਛ ਹੁੰਦਾ। ਉਹ ਇਹ ਬਿਆਨਬਾਜ਼ੀ ਵੀ ਇੱਦਾਂ ਦੀ ਹੀ ਲੱਗਦੀ ਹੈ, ਕੋਈ ਇਹਦੇ ਵਿੱਚ ਬਹੁਤੀ ਆਪਾਂ ਕਹਿ ਲਓ ਗੰਭੀਰ ਗੱਲ ਨਹੀਂ ਹੁੰਦੀ। ਉਹ ਰਾਸ਼ਟਰਵਾਦ ਦਾ ਮੁੱਦਾ ਉਹ ਅਲੱਗ ਚੀਜ਼ ਹੈ, ਉਹ ਝੰਡਾ ਅਲੱਗ ਹੈ ਇਹਨਾਂ ਦਾ। ਉਹ ਪਤਾ ਹੈ ਕਿ ਸਾਡੀ ਬਹੁਤਾਤ ਸਾਨੂੰ ਬਹੁਮਤ ਕਿੱਥੋਂ ਮਿਲਣਾ, ਉਹ ਗੱਲ ਕਰਨੀ ਕਰਨੀ ਹੈ। ਜੇ ਅੱਜ ਮੋਹਨ ਭਾਗਵਤ ਇਹ ਗੱਲ ਕਰਦੇ ਨੇ ਤਾਂ ਜਦੋਂ ਅਯੋਧਿਆ ਮਸਲਾ ਸੀਗਾ ਉਦੋਂ ਇਹਨਾਂ ਦੀ ਸੋਚ ਕੀ ਵੱਖਰੀ ਸੀ। ਜਦੋਂ ਤੁਸੀਂ ਆਹ ਜਿਹੜੀ ਹੁਣ ਗਊ ਦੇ ਹੱਤਿਆ ਦੀ ਗੱਲ ਕਰਦੇ ਹਾਂ ਕਿ ਗਊ ਦਾ ਨਾਮ ਲੈ ਕੇ ਦੂਜੇ ਲੋਕਾਂ ਦੇ ਉੱਤੇ ਕਈ ਵਾਰ ਹੱਤਿਆ ਕਰ ਦਿੱਤੀ ਜਾਂਦੀ, ਮਾਰ ਦਿਆ ਜਾਂਦਾ ਬੰਦਾ, ਉਹ ਵੀ ਗਲਤ ਹੈ ਤਾਂ ਅੱਜ ਠਹਿਰਾ ਰਹੇ ਨੇ ਗਲਤ, ਅੱਜ ਹੀ ਕਿਉਂ ਠਹਿਰਾ ਰਹੇ ਨੇ? ਨੇੜੇ ਚੋਣਾਂ ਵੀ ਆ ਰਹੀਆਂ ਨੇ, ਤੁਸੀਂ ਇਹ ਗੱਲ ਸੋਚੋ ਸਮਝੋ, ਯੂਪੀ ਦੀਆਂ ਚੋਣਾਂ ਵੀ ਆ ਰਹੀਆਂ ਨੇ, ਜਿਹਨਾਂ ਜਿਹਨਾਂ ਏਰੀਆ ਦੇ ਵਿੱਚ ਜ਼ਿਆਦਾ ਬਹੁਤਾਤ ਹੈ ਵੋਟਰਾਂ ਦੀ, ਘੱਟ ਗਿਣਤੀ ਵੋਟਰਾਂ ਨੂੰ ਵੀ ਨਾਲ ਰੱਖਣਾ, ਉਹ ਚੀਜ਼ਾਂ ਦੇ ਨਾਲ ਇਹਨਾਂ ਦਾ ਸੰਬੰਧ ਹੁੰਦਾ। ਹਾਲਾਂਕਿ ਓਬੈਸੀ ਵਰਗਿਆਂ ਨੇ ਨਾਲ ਨਾਲ ਟਵੀਟ ਕਰਤਾ ਹੈ, ਜਵਾਬ ਦਿੱਤਾ ਵੀ ਹੈਗਾ ਵੀ ਜਿਹੜੀ ਮੁਸਲਮਾਨ ਦਾ ਲਿੰਚਿੰਗ ਹੈ ਜਿਹੜੀ ਉਹ ਵੀ ਤਾਂ ਇਹਦਾ ਹਿੱਸਾ ਹੀ ਆ। ਕਦੋਂ ਕਿਸਨੇ ਇਹ ਬਿਆਨਬਾਜ਼ੀ ਦਿੱਤੀ ਹੈ ਕਿ ਜਿਹੜਾ ਭਾਰਤ ਹੈ ਉਹਦੇ ਵਿੱਚ ਕੇਵਲ ਤੇ ਕੇਵਲ ਹਿੰਦੂ ਰਹਿ ਸਕਦੇ ਨੇ, ਦੂਜਿਆਂ ਧਰਮਾਂ ਨੂੰ ਕੋਈ ਥਾਂ ਨਹੀਂ ਹੈਗੀ? ਸੰਵਿਧਾਨ ਕਦੋਂ ਕਹਿੰਦਾ ਕਿ ਦੂਜੇ ਧਰਮ ਹੋਣਗੇ ਜਾਂ ਹਿੰਦੂਆਂ ਦੇ ਉੱਤੇ, ਇੱਥੇ ਹਿੰਦੂਆਂ ਦੇ ਉੱਤੇ ਟੋਰਚਰ ਕਰੋ ਜਾਂ ਹਿੰਦੂ ਮੁਸਲਮਾਨਾਂ ਦੇ ਉੱਤੇ ਟੋਰਚਰ ਕਰੋ ਜਾਂ ਸਿੱਖ ਇਸਾਈਆਂ ਦੇ, ਕੌਣ ਕਹਿੰਦਾ? ਇਹ ਤਾਂ ਗੱਲਾਂ ਇਹਨਾਂ ਨੇ ਆਪ ਬਣਾਈਆਂ ਹੁੰਦੀਆਂ ਨੇ, ਇਹ ਗੱਲਾਂ ਆਪ ਬਣਾ ਕੇ ਉਹਨਾਂ ਦੇ ਵਿੱਚ
ਅਲੱਗ ਅਲੱਗ ਥਾਵਾਂ ਤੇ ਲੋੜ ਮੁਤਾਬਕ ਬਿਆਨ ਦਿੱਤੇ ਜਾਂਦੇ ਆ। ਇੱਥੇ ਅੱਜ ਕਿਹਾ ਜਾ ਰਿਹਾ ਕਿ DNA ਇੱਕ ਹੈ, ਭਾਰਤੀ ਹੈ। ਕੋਈ ਬੰਦਾ ਪੂਜਾ ਦੇ ਭਾਗਵਤ ਦਾ ਬਿਆਨ ਹੈ, ਮੈਂ ਉਹ ਦੱਸ ਰਿਹਾ ਕਿ ਪੂਜਾ ਦੇ ਤਰੀਕੇ ਵੱਖਰੇ ਹੋਣ ਨਾਲ ਕੋਈ ਏਦਾਂ ਨਹੀਂ ਹੁੰਦਾ ਕਿ ਭਾਰਤੀ ਨਾ ਹੋਵੇ। ਮੁਸਲਮਾਨ ਜਾਂ ਹਿੰਦੂ ਹੋ ਸਕਦਾ, ਉਹਦਾ ਪੂਜਾ ਦਾ ਕਰਨ ਦਾ ਰੱਬ ਨੂੰ ਮੰਨਣ ਦਾ ਤਰੀਕਾ ਵੱਖਰਾ ਹੋ ਸਕਦਾ, ਪਰ ਹੈ ਸਾਰੇ ਇੱਕ ਨੇ, ਅੱਜ ਸਾਰੇ ਭਾਰਤੀ ਨੇ। ਕੋਈ ਆਪਣੇ ਅਮਲ ਨਾਲ ਕਹਿੰਦੇ ਉੱਚਾ ਮੁਸਲਮਾਨ ਜਾਂ ਉੱਚਾ ਹਿੰਦੂ ਨਹੀਂ ਹੋਊਗਾ, ਭਾਰਤੀ ਹੋਊਗਾ, ਉੱਚਾ ਭਾਰਤੀ ਹੋਊਗਾ। ਭਾਰਤ ਇੱਕ ਹੈ, ਰਾਸ਼ਟਰਵਾਦ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈ, ਰਾਸ਼ਟਰਵਾਦ ਹੈ। ਹੁਣ ਜੇ ਗੱਲ ਤੁਸੀਂ ਆਹੀ ਭਾਗਵਤ ਨੂੰ ਜਿਹੜਾ ਪੁੱਛਿਆ ਗਿਆ, ਹੋਰਾਂ ਦੇ ਵੀ ਟਵੀਟ ਆਏ ਨੇ, ਵਿਰੋਧੀ ਧਿਰਾਂ ਵੱਲੋਂ ਕਈਆਂ ਨੇ ਟਵੀਟ ਕੀਤੇ ਨੇ, ਉਹਦੇ ਵਿੱਚ ਇਹੀ ਗੱਲ ਪੁੱਛੀ ਗਈ ਕਿ ਆਹ ਗੱਲ ਤੁਸੀਂ ਜਿਹੜੀਆਂ ਤੁਹਾਡੀ ਜਥੇਬੰਦੀਆਂ ਨੇ, ਚਾਹੇ ਉਹ ਵਿਸ਼ਵ ਹਿੰਦੂ ਪਰਿਸ਼ਦ ਹੈ, ਬਜਰੰਗ ਦਲ ਹੈ, ਸਿੰਘਾਨਾ ਜਾਂ ਹੋਰ ਨੇ, ਉਹਨਾਂ ਦੇ ਉੱਤੇ ਲਾਗੂ ਕਰਵਾ ਸਕਦੇ? ਜਾਂ ਜਿਹੜੇ ਬੰਦੇ ਆ ਅੱਜ ਹਿੰਦੂਤਵ ਦਾ ਏਜੰਡਾ ਲੈ ਕੇ ਟੋਰਚਰ ਕਰਦੇ ਨੇ, ਲੋਕਾਂ ਦੀਆਂ ਧੀਆਂ ਭੈਣਾਂ ਖਿਲਾਫ ਬੋਲਦੇ ਨੇ, ਜਿਵੇਂ ਜੰਮੂ ਕਸ਼ਮੀਰ ਚ ਬੋਲਿਆ ਗਿਆ ਸੀ ਜਦੋਂ 370 ਦਾ ਰੌਲਾ ਸੀਗਾ, ਉਦੋਂ ਕੀ ਕਿੰਨਾ ਕੁਛ ਸੋਸ਼ਲ ਮੀਡੀਆ ਤੇ ਬੋਲਿਆ ਗਿਆ ਸੀਗਾ, ਕਿ ਉਹਨਾਂ ਨੂੰ ਇਹ ਗੱਲ ਖਪੂਗੀ? ਕੀ ਇਸ ਚੀਜ਼ ਦਾ ਉਹ ਜਵਾਬ ਦੇ ਦੇਣਗੇ RSS ਮੋਹਨ ਭਾਗਵਤ ਨੂੰ ਦੇਣਗੇ? ਤੁਸੀਂ ਕਿਸੇ ਨੂੰ ਭੰਡਣਾ ਜਦੋਂ ਵੋਟਾਂ ਲੈਣੀਆਂ ਨੇ ਜਾਂ ਵੰਡੀ ਪਾਣੀ ਹੈ ਜਾਂ ਦੰਗੇ ਕਰਾਉਣੇ ਨੇ, ਉਦੋਂ ਤੁਸੀਂ ਲੋਕਾਂ ਦੇ ਵਿੱਚ ਏਦਾਂ ਦੀਆਂ ਵੰਡੀਆਂ ਪਾ ਦਿੰਦੇ ਹੋ। ਕੋਈ ਆਪਣੇ ਨਾਂ ਤੇ ਕੋਈ ਕੁਛ ਕਰ ਰਿਹਾ, ਕੋਈ ਕਿਸੇ ਨੂੰ ਮੰਨਦਾ ਨਹੀਂ ਮੰਨਦਾ, ਉਹ ਵੱਖਰੀ ਹੈ, ਉਹਦੀ ਪਰਸਨਲ ਲਾਈਫ ਆ। ਉਹਦੇ ਵਿੱਚ ਤੁਸੀਂ ਸਮਾਜ ਵਿੱਚ ਵੰਡੀ ਪਾ ਦੇਣੀ, ਸਮਾਜ ਨੂੰ ਲਿਆ ਕੇ ਵੰਡ ਦੇਣਾ, ਔਰ ਵੰਡ ਕੇ ਅੱਗੇ ਉਹਨਾਂ ਦੇ ਹੱਥੋਂ ਹੀ ਆਪਣਿਆਂ ਨੂੰ ਹੀ ਕਤਲ ਕਰਵਾ ਦੇਣਾ, ਮਤਲਬ ਕਿੱਡਾ ਗੁਨਾਹ ਹੈ, ਕਿੱਡਾ ਪਾਪ ਕਹਿ ਸਕਦੇ ਆਪਾਂ। ਲੋੜ ਦਾ ਅੱਜ ਜਿਹੜੀ ਅੱਜ ਬਿਆਨ ਦੇ ਰਹੇ ਉਹ ਤਾਂ ਇਸ ਤੇ ਕਾਇਮ ਨਰਿੰਦਰ ਮੋਦੀ ਦੀ ਟੀਮ ਨੂੰ ਵੀ ਕਿਹਾ ਜਾਣਾ ਚਾਹੀਦਾ ਹੈ ਕਿ ਉਹ ਇਸ ਏਜੰਡੇ ਤੇ ਕੰਮ ਕਰੇ। ਜੇ RSS ਇਸ ਏਜੰਡੇ ਤੇ ਸੱਚੀ ਮੁੱਚੀ RSS ਖੜੀ ਹੈ ਤਾਂ ਕੰਮ ਵੀ ਹੋਣਾ ਚਾਹੀਦਾ। ਪਰਮਿੰਦਰ ਜੀ, ਇੱਥੇ ਜਦੋਂ ਸਮਾਜ ਨੂੰ ਵੰਡਣ ਦੀ ਗੱਲ ਆਉਂਦੀ ਹੈ, ਮੈਂ ਆਖਰੀ ਖਬਰ ਆਪਣੇ ਕੋਲ, ਸ਼ਾਇਦ ਸਮਾਂ ਕਾਫੀ ਹੋ ਚੁੱਕਿਆ, ਆਖਰੀ ਖਬਰ ਇਹਦੇ ਉੱਤੇ ਟਿੱਪਣੀ ਕਰਿਓ ਕਿ RSS ਨੇ ਜੋ ਕੁਝ ਕਿਹਾ ਉਹ ਵੱਖਰੀ ਗੱਲ ਆ। ਇੱਧਰ ਸ਼ਿਵ ਸੈਨਾ ਤੇ BJP ਕਹਿੰਦੇ ਹੁਣ ਨਜ਼ਦੀਕ ਆਉਂਦੇ ਜਾ ਰਹੇ ਨੇ, ਜਿਹੜਾ ਬਿਆਨ ਸਾਹਮਣੇ ਆਇਆ ਉਹ ਵੀ ਕਾਫੀ ਅਹਿਮੀਅਤ ਰੱਖਦਾ ਇਹੋ ਜਿਹੇ ਸਮੇਂ ਦੇ ਵਿੱਚ ਕਿ ਸਿਆਸਤ ਕਿਵੇਂ ਲੋਕਾਂ ਨੂੰ ਵੰਡਦੀ ਹੈ। ਇਹਨਾਂ ਦਾ ਤਾਂ ਧਰਮ ਹੀ ਵੰਡ ਕੇ ਸਿਆਸਤ ਕਰਨਾ ਹੈ ਸੁਖਿੰਦਰ ਜੀ, ਇਹ ਲੋਕਾਂ ਨੂੰ ਸਮਝਣਾ ਚਾਹੀਦਾ। ਤੁਸੀਂ ਬਖਰੇਵਾ ਮੈਂ ਆਪਾਂ ਵਾਰ ਵਾਰ ਗੱਲ ਕਰਦੇ ਹਾਂ ਮਾਧਿਅਮ ਰਾਹੀਂ, ਇਸ ਰਾਹੀਂ ਵੀ ਜਿਹੜਾ ਬਖਰੇਵਾ ਆਇਆ ਮੈਨੂੰ ਕਿਤੇ ਦਿਖਾਓ, ਹੋਰ ਕਿਤੇ ਦਿਖਾਓ। ਲੇਕਿਨ ਜਦੋਂ ਭਾਵ ਜਦੋਂ ਬਖਰੇਵਾ ਆਉਂਦਾ ਹੈ ਨਾ, ਜਦੋਂ ਬਖਰੇਵਾ ਆਉਂਦਾ ਤਾਂ ਉਹ ਮੀਡੀਆ ਰਾਹੀਂ ਬਹੁਤ ਉਛਾਲਿਆ ਜਾਂਦਾ ਹੈ, ਤੇ ਮੀਡੀਆ ਜ਼ਿਆਦਾਤਰ ਮੀਡੀਆ ਆਪਾਂ ਕਹਿ ਲਓ ਜ਼ਿਆਦਾਤਰ ਮੀਡੀਆ ਕਿਹਦੇ ਅੰਡਰ ਹੈ? ਪੋਲੀਟੀਸ਼ਨਾਂ ਦੇ। ਪੋਲੀਟੀਸ਼ਨ ਕੀ ਕਰਦੇ ਨੇ? ਫਾਇਦਾ ਲੈਂਦੇ ਨੇ, ਫਾਇਦਾ ਲੈ ਕੇ ਵਿਵਾਦ ਖੜਾ ਕਰਦੇ ਨੇ, ਵੰਡੀਆਂ ਤਾਂ ਉੱਥੋਂ ਪੈਂਦੀਆਂ ਨੇ। ਆਪਾਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕ ਆ, ਜ਼ਿਆਦਾਤਰ ਪਿੰਡਾਂ ਦੇ ਵਿੱਚ ਰਹਿੰਦੇ ਆ, ਭਾਰਤ ਪਿੰਡਾਂ ਦੇ ਵਿੱਚ ਜ਼ਿਆਦਾ ਵੱਸਦਾ ਹੈ, ਉੱਥੇ ਕਿਹੜੇ ਧਰਮ ਕਿਹੜੇ ਜਾਤ ਦਾ ਲੋਕ ਕਿਹੜੇ ਜਾਤ ਦੇ ਲੋਕ ਨਹੀਂ ਰਹਿੰਦੇ? ਇਹ ਤਾਂ ਅੱਜ ਤੁਸੀਂ ਚਲੋ ਸ਼ਹਿਰਾਂ ਚ ਆ ਕੇ ਥੋੜਾ ਜਿਹਾ ਪਤਾ ਲੱਗ ਗਿਆ ਕਿ ਪਤਾ ਨਹੀਂ ਹੈਗਾ ਕੌਣ ਨਾਲ ਰਹਿੰਦਾ, ਕਿਤੋਂ ਆ ਕੇ ਰਹਿੰਦਾ। ਪਿੰਡਾਂ ਦੇ ਵਿੱਚ ਤੁਸੀਂ ਦੱਸੋ, ਕੋਈ ਗਰੀਬ ਬੰਦੇ ਦੀ ਕਿਸੇ ਦੀ ਕੋਈ ਧੀ ਭੈਣ ਦਾ ਵਿਆਹ ਹੁੰਦਾ ਹੋਵੇ, ਕੀ ਆਮ ਲੋਕ ਉੱਥੇ ਦੂਜੇ ਧਰਮਾਂ ਦੇ ਲੋਕ ਕੀ ਉੱਥੇ ਹੈਲਪ ਨਹੀਂ ਕਰਦੇ? ਜਾ ਕੇ ਅਨਾਊਂਸਮੈਂਟ ਹੁੰਦੀ ਸੀ ਬਕਾਇਦਾ, ਸੀ ਆਪ ਸੁਣਦੇ ਹੁੰਦੇ ਸੀ ਕਿ ਫਲਾਣੀ ਦੀ ਲੜਕੀ ਦਾ ਵਿਆਹ, ਭਾਈ ਜਿਹਦੇ ਘਰੇ ਦੁੱਧ ਹੈ ਦੁੱਧ ਪਹੁੰਚਾ ਦਿਓ, ਜਿਹਦੇ ਘਰੇ ਹੋਰ ਸਮਾਨ ਪਹੁੰਚਾਓ। ਤੇ ਜੇ ਕੋਈ ਕਿਸੇ ਦਾ ਪਰਿਵਾਰਕ ਮੈਂਬਰ ਗੁਜ਼ਰ ਜਾਂਦਾ ਸੀ, ਮਰ ਜਾਂਦਾ ਸੀ, ਤਾਂ ਉੱਥੇ ਜਾ ਕੇ ਹਰ ਇੱਕ ਬੰਦਾ ਪਿੰਡ ਦਾ ਆਪਣਾ ਯੋਗਦਾਨ ਪਾਉਂਦਾ ਸੀ, ਭਾਵੇਂ ਕਿਸੇ ਦੇ ਜਿਹੜੇ ਗੋਹੇ ਦੀਆਂ ਬਣੀਆਂ ਹੁੰਦੀਆਂ ਨੇ ਪਾਥੀਆਂ ਵਗੈਰਾ, ਉਹ ਵਰਤਦੇ ਦੀ ਬਿਨਾਂ ਪੁੱਛੇ ਚੱਕ ਲੈ ਜਾਂਦੇ ਸੀ ਕਿ ਉਹ ਤਾਂ ਸੰਸਕਾਰ ਕਰਨਾ ਲੈ ਜਾਓ, ਆਪ ਹੀ ਟਰਾਲੀ 'ਚ ਪਾ ਕੇ ਲੋਕ ਜਾਂ ਰੇਹੜੇ 'ਤੇ ਲੱਦ ਕੇ ਲੈ ਜਾਂਦੇ ਸੀ ਵੀ ਭਾਈ ਆ ਲਓ। ਉੱਥੇ ਕਦੋਂ ਦੇਖਿਆ ਜਾਂਦਾ ਸੀ ਧਰਮ? ਧਰਮ ਤਾਂ ਇੱਥੇ ਦੇਖਿਆ ਜਾਂਦਾ ਜਦੋਂ ਸਿਆਸਤ ਆਉਂਦੀ ਹੈ, ਵੀ ਵੋਟਾਂ ਕਿੱਥੋਂ ਲੈਣੀਆਂ ਨੇ, ਕਿਹੜੇ ਏਰੀਏ 'ਚ ਕਿਹੜੇ ਧਰਮ ਦੇ ਲੋਕ ਜ਼ਿਆਦਾ ਨੇ, ਕਿਹੜੇ ਧਰਮ ਦੇ ਲੋਕ ਜਾਂ ਕਿਹੜੀ ਜਾਤ ਦੇ ਲੋਕ ਨੇ, ਤੇ ਉਹਨਾਂ ਦੇ ਪੱਖ ਦੀ ਗੱਲ ਕਰਕੇ ਦੂਜੇ ਨੂੰ ਨੀਵਾਂ ਦਿਖਾਉਣ ਦੀ ਗੱਲ ਕਰ ਦਿੰਦੇ ਨੇ, ਵੰਡ ਦਿੰਦੇ ਨੇ, ਏਦਾਂ ਦੀ ਬਿਆਨਬਾਜ਼ੀ ਹੁੰਦੀ ਹੈ, ਪਾੜ ਦਿੰਦੇ ਨੇ ਰੱਖ ਕੇ, ਤੇ ਉਹ ਜਿਹੜੇ ਫਟੇ ਹੋਏ ਲੋਕ ਨੇ, ਆਪਸ ਵਿੱਚ ਦਫਾੜ ਹੋਏ ਹੋਏ ਲੋਕ ਹੁੰਦੇ ਨੇ, ਉਹ ਲੜ ਪੈਂਦੇ ਨੇ, ਇਹ ਮਾੜੀ ਜਿਹੀ ਗਾਲੀ ਗਲੋਚ ਹੋਇਆ ਨਹੀਂ ਉਹਨੂੰ ਮੁੱਦਾ ਐਡਾ ਵੱਡਾ ਬਣਾ ਕੇ ਪੇਸ਼ ਕਰ ਦਿਆ ਜਾਂਦਾ, ਤੇ ਫਾਇਦਾ ਲੈਣ ਵਾਲੇ ਫਾਇਦਾ ਲੈ ਜਾਂਦੇ ਨੇ। ਉਹ ਦੋ ਬਿੱਲੀਆਂ ਦੀ ਲੜਾਈ ਦੇ ਵਿੱਚ ਉਹ ਬਾਂਦਰ ਫਾਇਦਾ ਲੈ ਜਾਂਦਾ, ਜਿੱਦਾਂ ਏਦਾਂ ਇਹ ਫਾਇਦਾ ਲੈ ਲੈਂਦੇ ਨੇ। ਸੋ ਇਹਨਾਂ ਚੀਜ਼ਾਂ, ਇਹ ਬਿਆਨਬਾਜ਼ੀ ਜਿਹੜੀ ਹੈਗੀ ਹੈ, ਇਹ ਚੋਣਾਂ ਦੇ ਵਿੱਚ ਬਦਲਦੀ ਆ। ਉਸ ਤੋਂ ਪਹਿਲਾਂ ਸਰਕਾਰ ਚਲਾਉਣੀ ਹੁੰਦੀ ਹੈ, ਜਿਵੇਂ ਤੁਸੀਂ ਗੱਲ ਕੀਤੀ ਹੈ ਸ਼ਿਵ ਸੈਨਾ ਵਾਲਿਆਂ ਦੀ, ਜਦੋਂ ਸਰਕਾਰ ਚਲਾਉਣੀ ਹੈ ਜਾਂ ਬਣਾਉਣੀ ਹੈ ਉਦੋਂ ਵੱਖਰੀ ਬਿਆਨਬਾਜ਼ੀ ਹੁੰਦੀ ਹੈ, ਉਦੋਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਹੁੰਦੀ ਹੈ, ਤੇ ਜਦੋਂ ਸੱਤਾ ਜਾਣਾ ਪਤਾ ਹੁੰਦਾ ਕਿ ਸਾਨੂੰ ਇਹ ਮੁੱਦਾ ਲੈ ਕੇ ਚੱਲਣਾ ਪਊਗਾ ਤਾਂ ਸਾਡਾ ਸੱਤਾ ਦੇ ਵਿੱਚ ਕਾਬਜ ਹੋਣਾ ਸੰਭਵ ਹੈ, ਉਦੋਂ ਬਿਆਨਬਾਜ਼ੀ ਹੋਰ ਹੁੰਦੀ ਹੈ, ਉਹ ਫਿਰ ਬਿਆਨਬਾਜ਼ੀ ਤੁਹਾਨੂੰ ਪਤਾ ਫਾਇਦੇ ਲਈ ਹੁੰਦੀ ਹੈ। ਜੀ ਜੀ
ਸੋ ਖਬਰਾਂ ਟੌਪ ਦੀਆਂ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ, ਮੈਨੂੰ ਇਜਾਜ਼ਤ ਦਿਓ, ਲੋਕਰਾਂ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।